ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸੁਖਾਂ ਦੇ ਦਾਤੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰਬਾਣੀ ਕੀਰਤਨ ਸਰਵਣ ਕਰਦੇ ਆ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੇ ਗੁਰਸਵਾਰੀ ਸਾత్సੰਗਤ ਜੀਓ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਅਮਰਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਇੱਥੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਹਰ ਰੋਜ਼ ਸਵਣ ਕਰਦੇ ਹੋ ਉਸ ਦੇ ਨਾਲ ਸੰਬੰਧਿਤ ਇਹ ਪਾਵਨ ਪਵਿੱਤਰ ਬਚਨ ਜੋ શ્રી ਮਨ ਭਗਤ ਨਾਮਦੇਵ ਸਾਹਿਬ ਜੀ ਦੇ ਉਚਾਰਣ ਕੀਤੇ ਹੋਏ ਸਾਰੰਗ ਰਾਗ ਵਿੱਚ ਅੰਕਤ ਨੇ ਆਪ ਜੀ ਸਵਣ ਕਰੇ ਸੀ ਅਗ ਜੀ ਨੇ ਇਸ ਮੁਖਵਾਕ ਦੇ ਰਾਹੀਂ ਜੋ ਪਰਮਾਤਮਾ ਦੇ ਦਾਸ ਅਤੇ ਪਰਮਾਤਮਾ ਦਾ ਰਿਸ਼ਤਾ ਹੈ ਉਸ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਪੜਦੇ ਆ ਗੁਰਬਾਣੀ ਵਿੱਚ ਸਤਿਗੁਰ ਜੀ ਨੇ ਵਾਹਿਗੁਰੂ ਜੀ ਦੇ ਦਾਸਾਂ ਦਾ ਭਗਤਾਂ ਦਾ ਬੜਾ ਵੱਡਾ ਰੁਤਬਾ ਜਿਹੜਾ ਉਹ ਰੱਖਿਆ ਪ੍ਰਮਾਤਮਾ ਨੂੰ ਭਗਤ ਵਸ਼ਲ ਕਿਹਾ ਹੈ ਰੱਬੀ ਪਿਆਰਿਆ ਨੇ ਭਗਤ ਵਸ਼ਲ ਦਾਸ ਜਿਹੜਾ ਭਗਤਾਂ ਨੂੰ ਪਿਆਰ ਕਰਨ ਵਾਲਾ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਮਾਤਮਾ ਨੂੰ ਕਿਸੇ ਹੱਥ ਰਾਈ ਤਪ ਨਹੀਂ ਜਪ ਰਾਈ ਜਾ ਕਿਸੇ ਹੋਰ ਸਾਧਨ ਦੇ ਰਾਹੀਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਹਾਲਾਂਕਿ ਦੁਨੀਆਵੀ ਤੌਰ ਤੇ ਧਰਮ ਦੀ ਦੁਨੀਆ ਚ ਬਹੁਤ ਲੋਕ ਨੇ ਜਿਹੜੇ ਕਈ ਤਰ੍ਹਾਂ ਦੇ ਕਰਮ ਕਰਦੇ ਨੇ ਪਰ ਗੁਰਮਤਿ ਨੇ ਜੋ ਸਾਨੂੰ ਮਾਰਗ ਦੱਸਿਆ ਹੈ ਉਹ ਹੈ ਪ੍ਰੇਮਾ ਭਗਤੀ ਗੁਰੂ ਕਲਗੀਧਰਪਤ ਸਾਹਿਬ ਜੀ ਦੇ ਬਚਨ ਹਰ ਰੋਜ਼ ਅਸੀਂ ਚੇਤੇ ਕਰਦੇ ਹਾਂ ਕਹਾਂ ਪੈ ਉਹ ਜੋ ਦੂ ਲੋਚਨ ਮੂਦਕੈ ਬੈਠ ਰਿਓ ਵਕਤ ਧਿਆਨ ਲਗਾਇਓ नहात फिर सात समंदरन लोक गयो पर लोक गवायो बास सो बैठ के ऐसे ही ऐसे सुबैस बितायो साच कहो सुन ले हो सब जिन प्रेम कियो तिन ही प्र पायो सतगुरु जी केंद्र की हो गया को अखा मीट के बैठ गया था। लोक के बैठ जाए अखा मीट के बैठ जाए कोई जंगलों च बैठ जाए कोई तीर्थन रटन करी जो की हो जाएगा ਇਹਦੇ ਨਾਲ ਤੇ ਸਗੋਂ ਬੰਦਾ ਆਪਣੇ ਲੋਕ ਨੂੰ ਵੀ ਵਿਗਾੜਦਾ ਹੈ ਇਹ ਜ਼ਿੰਦਗੀ ਜਿਹੜੀ ਹੈ ਇਹ ਇਧਰ ਉਧਰ ਐਵੇਂ ਫਿਰਨ ਤੁਰ ਲਈ ਨਹੀਂ ਰੱਬ ਨੇ ਦਿੱਤੀ ਕਿ ਐਵੇਂ ਤੀਰਥਾਂ ਤੇ ਪਟਕੀ ਜਾਓ ਜਾਂ ਜੰਗਣਾ ਚ ਤੁਰੇ ਫਿਰੋ ਇਹ ਜ਼ਿੰਦਗੀ ਕੁਝ ਕਰਨ ਦੇ ਲਈ ਦਿੱਤੀ ਹੈ ਕੋਈ ਵੇਲੇ ਬੈਠਣ ਲਈ ਨਹੀਂ ਦਿੱਤੀ ਮਨੁੱਖ ਦੀ ਡਿਊਟੀ ਹੈ ਇਸ ਧਰਤੀ ਤੇ ਕੁਝ ਸਿਰਜਣਾ ਕਰੇ ਕੁਝ ਸਮਾਜ ਦੇ ਵਿੱਚ ਸਿਰਜਣਾ ਦੀ ਗੱਲ ਕਰੇ ਗੁਰੂ ਬਾਬਾ ਜੀ ਕਹਿੰਦੇ ਜਿੱਥੋਂ ਤੱਕ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਗੱਲ ਹੈ ਸਾਚ ਕਹੋ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨਹਿ ਪ੍ਰਭ ਪਾਇਓ ਜਿਨਨੇ ਪਰਮਾਤਮਾ ਨਾਲ ਪਿਆਰ ਕੀਤਾ ਹੈ ਪਰਮਾਤਮਾ ਦੇ ਨਾਲ ਪਿਆਰ ਦਾ ਅਰਥ ਇਹ ਹੈ ਜਿਉਂ-ਜਿਉਂ ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਆ ਪਰਮਾਤਮਾ ਦੇ ਗੁਣ ਸਾਡੇ ਹਿਰਦੇ 'ਚ ਵਸਦੇ ਜਾਂਦੇ ਨੇ ਪਰਮਾਤਮਾ ਦੇ ਪਿਆਰ ਦਾ ਅਰਥ ਇਹ ਨਹੀਂ ਹੈ ਕਿ ਕੋਈ ਰੱਬ ਨੂੰ ਤੇ ਪਿਆਰ ਕਰੇ ਕਿ ਜਿਵੇਂ ਮੈਂ ਰੱਬ ਦੀ ਬੰਦਗੀ ਕਰਦਾ ਹਾਂ ਤੇ ਰੱਬ ਦੇ ਬੰਦਿਆਂ ਨੂੰ ਨਫ਼ਰਤ ਕਰੇ ਰੱਬ ਦੇ ਬੰਦਿਆਂ ਕੋ ਮੱਥੇ ਟਿਕਾਈ ਜਾਏ ਪਰਮਾਤਮਾ ਦੇ ਪਿਆਰ ਦਾ ਏਅਰਥ ਨਹੀਂ ਹੈ ਪਰਮਾਤਮਾ ਸਰਵ ਵਿਆਪਕ ਹੈ ਪਰਮਾਤਮਾ ਕੋ ਵੱਖਰਾ ਨਹੀਂ ਬੈਠਾ ਹੋਇਆ ਇਸ ਧਰਤੀ ਤੋਂ ਕੋ ਦੂਰ ਨਹੀਂ ਹੈ ਹਰ ਮਨੁੱਖ ਦੇ ਅੰਦਰ ਪਰਮਾਤਮਾ ਬੈਠਾ ਹੈ ਜਦੋਂ ਹਰ ਮਨੁੱਖ ਚ ਪਰਮਾਤਮਾ ਹੈ ਤੇ ਹਰ ਮਨੁੱਖ ਦੇ ਨਾਲ ਪਿਆਰ ਪਰਮਾਤਮਾ ਨਾਲ ਪਿਆਰ ਹੈ ਨਾ ਕੋਈ ਬੰਦਾ ਇਹ ਕਹੇ ਕਿਸੇ ਬੰਦੇ ਨੂੰ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਪਰ ਉਹਦੇ ਬੱਚਿਆਂ ਨੂੰ ਕਰੇ ਨਫ਼ਰਤ ਉਹ ਕਹੇਗਾ ਮੈਨੂੰ ਪਿਆਰ ਕਰਦਾ ਨਿਆਣਿਆਂ ਨੂੰ ਤੇ ਨਫ਼ਰਤ ਕਰੀ ਜਾਂਦਾ ਹੈ ਇਸ ਕਰਕੇ ਕੋਈ ਮਨੁੱਖ ਧਰਮ ਦਾ ਅਡੰਬਰ ਕਰਕੇ ਇਹ ਗੱਲ ਕਹੇ ਕਿ ਮੈਂ ਬੜੀ ਭਗਤੀ ਕਰਦਾ ਹਾਂ ਪਰ ਉਹਦਾ ਮਨੁੱਖਤਾ ਦੇ ਨਾਲ ਪਿਆਰ ਹੀ ਨਾ ਹੋਏ ਸਤਗੁਰੂ ਜੀ ਕਹਿੰਦੇ ਜਿਹੜਾ ਪਿਆਰ ਕਰੇਗਾ ਪਰਮਾਤਮਾ ਦੇ ਪਿਆਰ ਦਾ ਅਰਥ ਕਿ ਮਨੁੱਖਤਾ ਦੇ ਨਾਲ ਪਿਆਰ ਉਹ ਗੁਰਬਾਣੀ ਵਿੱਚ ਜਿਨ੍ਹਾਂ ਰਵੀ ਪਿਆਰਿਆਂ ਦੀ ਪਵਿੱਤਰ ਰਚਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕੀਤੀ ਹੈ ਇਹ ਸਭ ਪ੍ਰੇਮ ਭਗਤੀ ਦੇ ਮਾਰਗ ਤੇ ਚੱਲਣ ਵਾਲੇ ਭਗਤ ਜਨ ਸੰ ਭਗਤ ਨਾਮਦੇਵ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਉਨਾਂ ਨੇ ਵਾਰ-ਵਾਰ ਰੱਬੀ ਪਿਆਰ ਦੀ ਗੱਲ ਕੀਤੀ ਹੈ ਵਾਹਿਗੁਰੂ ਜੀ ਦੇ ਸਿਮਰਨ ਦੀ ਗੱਲ ਕੀਤੀ ਹੈ ਅੱਜ ਦੇ ਮੁਖਵਾਕ ਅੰਦਰ ਪਰਮਾਤਮਾ ਦੀ ਗੱਲਬਾਤ ਕਰਦੇ ਆਂ ਕਹਿੰਦੇ ਨੇ ਕਿ ਪਰਮਾਤਮਾ ਕਹਿੰਦਾ ਹੈ ਕਿ ਰੱਬ ਦੇ ਜੋ ਉਹ ਜਿਹੜੇ ਦਾਸ ਨੇ ਉਹ ਮੇਰਾ ਹੀ ਰੂਪ ਨੇ ਮੇਰੇ ਜਿਦੋਂ ਅੰਤਰੀ ਕੋਈ ਨਹੀਂ ਹੈ ਗੁਰਬਾਣੀ ਕਹਿੰਦੀ ਹੈ ਜੋ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਜੁੜਦੇ ਨੇ ਜਿਨ੍ਹਾਂ ਨੇ ਵਿਸਰੇ ਨਾਮ ਸਿਖਨੇਹਾ ਭੇਦਨ ਜਾਣੋ ਮੂਲ ਸਾਈਂ ਜਿਹਿਆ ਉਨ੍ਹਾਂ ਵਿੱਚ ਤੇ ਰੱਬ ਦੇ ਪਿਆਰਿਆਂ 'ਚ ਕੋਈ ਭੇਦ ਨਹੀਂ ਹੈ ਕੋਈ ਫਰਕ ਨਹੀਂ ਹੈ ਕੋਈ ਅੰਤਰ ਨਹੀਂ ਹੈ ਕਿਉਂਕਿ ਜੋ ਰੱਬ ਦਾ ਸੁਭਾਅ ਹੈ ਉਹ ਰੱਬ ਦੇ ਪਿਆਰਿਆਂ ਦਾ ਸੁਭਾਅ ਹੈ ਰੱਬ ਮਿੱਠ ਬੋਲੜਾ ਹੈ ਰੱਬ ਦੇ ਪਿਆਰੇ ਮਿੱਠ ਬੋਲੜੇ ਹੋ ਜਾਂਦੇ ਨੇ ਰੱਬ ਨਿਰਵੈਰ ਹੈ ਰੱਬ ਦੇ ਪਿਆਰੇ ਵੀ ਨਿਰਵੈਰ ਹੋ ਜਾਂਦੇ ਨੇ ਰੱਬ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਰੱਬ ਦੇ ਪਿਆਰੇ ਵੀ ਸਰਬਤ ਦੇ ਪਲੇ ਦੀ ਗੱਲ ਕਰਦੇ ਨੇ ਇਸ ਕਰਕੇ ਉਹਨਾਂ ਚ ਤੇ ਰੱਬ ਵਿੱਚ ਕੋ ਅੰਤਰ ਨਹੀਂ ਰਹਿ ਜਾਂਦਾ ਔਰ ਦੁਨੀਆ ਉਹਨਾਂ ਦੇ ਇਸ ਆਚਾਰ ਵਿਹਾਰ ਨੂੰ ਦੇਖ ਕੇ ਗੱਲ ਕਹਿੰਦੀ ਹੈ ਤੇ ਰੱਬ ਵਰਗੇ ਹੀ ਨੇ ਇਸ ਕਰਕੇ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਕਿਹਾ ਕਿ ਰੱਬ ਦੇ ਪਿਆਰੇ ਜਿਹੜੇ ਨੇ ਉਹ ਰੱਬ ਵਰਗੇ ਹੁੰਦੇ ਨੇ ਰੱਬ ਆਪਣੇ ਭਗਤਾਂ ਨੂੰ ਇੰਨਾ ਪਿਆਰ ਕਰਦਾ ਅਸੀਂ ਰੋਜ਼ ਚੌਵੀ ਸਹਿਬ ਜੀ ਵਿੱਚ ਇੱਕ ਬਚਨ ਪੜ੍ਹਦੇ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜੇ ਰੱਬ ਦੇ ਪਿਆਰਿਆਂ ਨੂੰ ਦੁੱਖ ਮਿਲੇ ਤੇ ਪ੍ਰਮਾਤਮਾ ਇਹ ਦੁੱਖ ਮਹਿਸੂਸ ਕਰਦੇ ਨੇ ਜੇ ਰੱਬ ਦੇ ਪਿਆਰਿਆਂ ਨੂੰ ਸੁੱਖ ਮਿਲੇ ਇਹ ਸੁੱਖ ਪ੍ਰਮਾਤਮਾ ਮਹਿਸੂਸ ਕਰਦੇ ਨੇ ਇਸ ਕਰਕੇ ਗੁਰਬਾਣੀ ਵਿੱਚ ਰੱਬੀ ਪਿਆਰਿਆਂ ਦੀ ਗੱਲ ਕਰਦੇ ਆ ਹਰ ਜੁਗ ਜੁਗ ਭਗਤ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੇ ਕੰਬਿਟ ਦੇ ਨਾਮ ਦਿਓ ਮੁਖ ਲਾਇਆ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਕਿ ਅਹੰਕਾਰੀਆਂ ਨੂੰ ਪ੍ਰਮਾਤਮਾ ਨੇ ਪਛਾੜ ਦਿੱਤਾ ਇਹ ਗੱਲ ਵੱਖਰੀ ਹੈ ਕੋ ਦੁਨਿਆਵੀ ਤਨ ਜੋਰ ਦੇ ਬਲ ਦੇ ਆਸਰੇ ਆਪਣੇ ਆਪ ਨੂੰ ਕੋ ਬਹੁਤ ਵੱਡਾ ਫਨੀਖਾ ਸਮਝੇ ਪਰ ਰੱਬ ਦੇ ਪਿਆਰੇ ਜਿਹੜੇ ਨੇ ਉਹ ਆਪਣੇ ਪ੍ਰਮਾਤਮਾ ਦੇ ਆਸਰੇ ਤੇ ਵੱਡੇ ਉਹ ਇਹ ਗੱਲ ਕਹਿੰਦੇ ਨੇ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ ਪ੍ਰਮਾਤਮਾ ਜੀ ਤੁਸੀਂ ਸਾਡੇ ਪਹਾੜ ਵਰਗੇ ਆਸਰਾ ਹੋ ਪਹਾੜ ਡੋਲਦਾ ਨਹੀਂ ਹੈ ਤੁਸੀਂ ਡੋਲਦੇ ਨਹੀਂ ਤੇ ਸਾਨੂੰ ਡੋਲਣ ਦੀ ਕੀ ਲੋੜ ਹੈ ਹੁਣ ਜਿਹਦਾ ਰਖਵਾਲਾ ਪਰਮਾਤਮਾ ਹੈ ਜਿਹਦਾ ਪਿਆਰ ਪਰਮਾਤਮਾ ਨਾਲ ਹੈ ਉਹਨੂੰ ਕਿਸੇ ਕੋਲ ਡਰਨ ਦੀ ਕੀ ਲੋੜ ਹੈ ਸਤਿਗੁਰੂ ਬਾਬਾ ਨਾਮਦੇਵ ਸਾਹਿਬ ਜੀ ਇਸ ਪਵਿੱਤਰ ਮੁਖ ਵਾਕ ਦੇ ਰਹੇ ਹਨ ਪਰਮਾਤਮਾ ਤੇ ਪਰਮਾਤਮਾ ਦਾ ਪਿਆਰਿਆਂ ਦਾ ਜੋ ਰਿਸ਼ਤਾ ਹੈ ਤੇ ਜਿਵੇਂ ਅਸੀਂ ਉਹਨਾਂ ਦੇ ਸੁਭਾਅ ਅਨੁਸਾਰ ਚੱਲ ਕੇ ਰੱਬੀ ਪਿਆਰ ਨੂੰ ਪ੍ਰਾਪਤ ਕਰਨਾ ਹੈ ਇਸ ਪਰ ਥਾਏ ਜੋ ਬਚਨ ਭਗਤ ਜੀ ਅਸਾਨੂੰ ਬਖਸ਼ਰੇ ਨੇ ਆਓ ਆਪਾਂ ਮਿਲ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀ ਦਾਸ ਅਨੰਨ ਮੇਰੂ ਨਿਜ ਰੂਪ ਭਗਤ ਜੀ ਦੇ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1252 ਤੇ ਸਾਰੰਗ ਰਾਗ ਵਿੱਚ ਅੰਕਿਤ ਨੇ ਸਾਹਿਬ ਜੀ ਕਹਿੰਦੇ ਕਿ ਪ੍ਰਮਾਤਮਾ ਕਹਿੰਦਾ ਹੈ ਕਿ ਦਾਸ ਅਨੰਨ ਅਨੰਨ ਦਾ ਅਰਥ ਹੁੰਦਾ ਹੈ ਕਿ ਜਿਹੜਾ ਹੋਰ ਕਿਸੇ ਪਾਸੇ ਦਾ ਧਿਆਨ ਨਾ ਰੱਖੇ ਅਸਾ ਦੀਵਾਰ ਚ ਗੁਰੂ ਕਾ ਇੱਕ ਬਚਨ ਪੜਦੇ ਸਲਾਮ ਜਵਾਬ ਦੋਨੋਂ ਕਰੇ ਮੁੱਢੋਂ ਕੋ ਥਾ ਜਾਏ ਇੱਕ ਬੰਨੇ ਆਪਣੇ ਇਸ਼ਟ ਨੂੰ ਕੋ ਮੱਦਾ ਮੱਥਾ ਵੀ ਟੇਕੀ ਜਾਏ ਹੋਰ ਬੰਨੇ ਵੀ ਭੱਜਾ ਫਿਰੇ ਇਵੇਂ ਕਹਿ ਲੋ ਕਿ ਰੱਬ ਦੀ ਗੱਲ ਵੀ ਕਰੇ ਫਿਰ ਕਬਰਾਂ ਤੇ ਵੀ ਤੁਰਿਆ ਫਿਰੇ ਕਿਵੇਂ ਰੱਬ ਨੂੰ ਮੰਨਦਾ ਰੱਬ ਦੀ ਗੱਲ ਵੀ ਕਰੇ ਤੇ ਫਿਰ ਉਹ ਪਸ਼ੂਆਂ ਦਾ ਪੁਜਾਰੀ ਬਣ ਜਾਏ ਪੱਥਰਾਂ ਦਾ ਪੁਜਾਰੀ ਬਣ ਜਾਏ ਬੰਦਿਆਂ ਦਾ ਪੁਜਾਰੀ ਬਣ ਜਾਏ ਹੋਰ ਇਧਰ ਉਧਰ ਦੀ ਕਬਰਾਂ ਦਾ ਪੁਜਾਰੀ ਬਣ ਜਾਏ ਜੇ ਰੱਬ ਦਾ ਪੁਜਾਰੀ ਉਹਨੂੰ ਕਬਰਾਂ ਤੇ ਜਾਣ ਦੀ ਕੀ ਲੋੜ ਹੈ ਰੱਬ ਦੇ ਪੁਜਾਰੀ ਨੂੰ ਮੂਰਤਾਂ ਪੂਜਣ ਦੀ ਕੀ ਲੋੜ ਹੈ ਰੱਬ ਦੀ ਤਾਂ ਮੂਰਤ ਹੀ ਕੋਈ ਨਹੀਂ ਹੈ ਰੱਬ ਨੇ ਤੇ ਇਹੋ ਜੀ ਚੀਜ਼ ਕੋਈ ਕਿਹਾ ਹੀ ਨਹੀਂ ਪੂਜਣ ਦੇ ਲਈ ਦਰਸਲ ਧਾਰਮਿਕ ਲੋਕਾਂ ਨੇ ਰੱਬ ਦੀ ਗੱਲ ਤਾਂ ਕੀਤੀ ਰੱਬ ਕੀ ਹੈ ਜਾਂ ਰੱਬ ਦੇ ਪਿਆਰ ਜੋੜਨਾ ਕਿਵੇਂ ਹੈ ਇਹ ਭਰਮ ਜਿਹੜੇ ਨੇ ਲੋਕਾਂ ਦੇ ਦੂਰ ਰਹਿਣਾ ਕੀਤੇ ਕਿਉਂਕਿ ਉਹਨਾਂ ਨੇ ਰੱਬ ਦੇ ਨਾਮ ਨੂੰ ਹੀ ਆਪਣਾ ਆਪਣੀ ਜ਼ਿੰਦਗੀ ਦਾ ਵਸੀਲਾ ਬਣਾ ਲਿਆ ਐਵੇਂ ਕਹਿ ਲੋ ਕਿ ਰੱਬ ਨੂੰ ਹੀ ਉਹਨਾਂ ਨੇ ਧੰਦਾ ਬਣਾ ਲਿਆ ਇਸ ਕਰਕੇ ਰੱਬ ਦੀ ਬੰਦਗੀ ਦਾ ਅਰਥ ਇਹ ਹੈ ਰੱਬ ਦੇ ਗੁਣਾਂ ਨੂੰ ਚੇਤੇ ਕਰਨਾ ਰੱਬ ਦੀ ਸਿਵਤਸਲਾ ਕਰਨੀ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਅੰਦਰ ਧਾਰਨ ਕਰਨਾ ਸਾਬ ਕਿੰਨੇ ਦਾਸ ਆਨਿਨ ਜਿਹੜਾ ਬੰਦਾ ਹੋਰ ਕਿਸੇ ਪਾਸੇ ਨਹੀਂ ਜਾਂਦਾ ਕੇਵਲ ਤਾਂ ਕੇਵਲ ਰੱਬ ਤੇ ਹੀ ਭਰੋਸਾ ਰੱਖਦਾ ਹੈ ਜਿਹੜਾ ਰੱਬ ਨੂੰ ਇਹ ਗੱਲ ਕਹੇ ਕਿ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਉ ਕੇ ਪ੍ਰਮਾਤਮਾ ਜੀ ਜਦੋਂ ਦੇ ਤੁਹਾਡੇ ਚਰਨ ਫੜ ਲੇ ਹੋਰ ਕਿਸੇ ਪਾਸੇ ਅਸੀਂ ਕਿਸ ਨੂੰ ਆਖੇ ਹੇਠਾਂ ਹੀ ਨਹੀਂ ਲਿਆਉਂਦੇ ਕਿਸੇ ਦਾ ਧਿਆਨ ਹੀ ਨਹੀਂ ਕਰਦੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਇੱਕ ਨਾ ਮੰਨਿਉ ਹੋਰ ਨਾ ਬੇਦਖ ਤੇ ਬੰਨੇ ਬਥੇੜੇ ਮਤ ਦੱਸੇ ਨੇ ਰਾਮ ਰਹੀਮ ਦੀ ਗੱਲ ਕੀਤੀ ਐ ਪਰ ਅਸੀਂ ਨਰੋਲ ਤੁਹਾਡੇ ਪਿਆਰ ਵਿੱਚ ਜੁੜੇ ਹੋਏ ਹਾਂ ਤੁਹਾਡੇ ਤੋਂ ਬਿਨਾ ਹੋਰ ਕੋ ਉਟ ਆਸਰਾ ਹੀ ਨਹੀਂ ਐ ਸਾਬ ਕਹਿੰਦੇ ਜਿਹੜਾ ਅਨੰਨ ਅਨੰਦ ਅਰਥ ਹੁੰਦਾ ਹੈ ਕਿ ਜਿਹੜਾ ਇੱਕ ਤੋਂ ਬਿਨਾ ਹੋਰ ਕਿਸੇ ਪਾਸੇ ਨਾ ਜਾਏ ਅਸੀਂ ਕਹਿੰਦੇ ਬੜਾ ਅਨੰਨ ਸੇਵਕ ਹੈ ਅਨੰਨ ਭਗਤ ਹੈ ਅਨੰਨ ਭਗਤ ਦਾ ਅਰਥ ਇਹ ਹੁੰਦਾ ਹੈ ਜਿਹੜਾ ਨਰੋਲ ਇੱਕ ਤੇ ਹੀ ਭਰੋਸਾ ਰੱਖੇ ਇੱਕ ਤੋਂ ਬਿਨਾ ਹੋਰ ਕਿਸੇ ਬੰਨੇ ਜਾਏ ਨਾ ਸਾਹਿਬ ਕਹਿੰਦੇ ਦਾਸ ਅਨਨ ਮੇਰੋ ਨਜ ਰੂਪ ਜਿਹੜੇ ਮੇਰੇ ਅਨਨ ਦਾਸ ਨੇ ਜਿਹੜੇ ਕੇਵਲ ਮੇਰੇ ਆਸਰੇ ਤੇ ਜਿਉਂਦੇ ਨੇ ਉਹ ਭਾਈ ਮੇਰਾ ਹੀ ਰੂਪ ਨੇ ਇਹ ਪ੍ਰਮਾਤਮਾ ਦੇ ਬਚਨ ਭਗਤ ਸਾਹਿਬ ਜੀ ਅੰਗਤ ਕਰ ਰਹੇ ਨੇ ਭਗਤ ਜੀ ਕਹਿੰਦੇ ਕਿ ਪ੍ਰਮਾਤਮਾ ਕਹਿੰਦਾ ਕਿ ਜਿਹੜੇ ਮੇਰਾ ਹੀ ਆਸਰਾ ਰੱਖਦੇ ਨੇ ਉਹ ਮੇਰਾ ਹੀ ਰੂਪ ਨੇ ਉਹ ਮੇਰੇ ਵਰਗੇ ਬਣ ਜਾਂਦੇ ਨੇ ਦਰਸ਼ਨ ਨਿਮਖ ਤਾਪ ਤ੍ਰੈ మోਚਨ परसत मुगत करत गृह कूप ਉਹਨਾਂ ਦੇ ਜਿਹੜੇ ਦਰਸ਼ਨ ਨੇ ਰੱਬੀ ਪਿਆਰਿਆਂ ਦੇ ਦਰਸ਼ਨ ਗੁਰਬਾਣੀ ਵਿੱਚ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਪਵਿੱਤਰ ਬਚਨ ਹੈ ਕਿ ਤੇ ਹਰ ਜਨ ਮੋਕੋ ਮੇਲੋ ਹਰ ਪਿਆਰੇ ਕਿ ਵਾਹਿਗੁਰੂ ਜੀਓ ਉਹਨਾਂ ਰੱਬੀ ਪਿਆਰਿਆਂ ਨਾਲ ਸਾਨੂੰ ਮੇਲੋ ਜਿਨ੍ਹਾਂ ਦੇ ਮਿਲਿਆਂ ਸਾਡੇ ਦੁੱਖ ਦਿਲਦਰੀ ਦੂਰ ਹੋ ਜਾਣ ਰੱਬ ਦੇ ਪਿਆਰਿਆਂ ਦੀ ਗੱਲ ਕਰਦੇ ਆਂ ਜਾਕੀ ਧੀਰ ਕਿਸ ਮਨੈ ਸੁਧਾਰੇ ਪੇਟ ਦ ਸੰਗ ਇਹ ਭਉਜਲ ਤਾਰੇ ਜਿਨ੍ਹਾਂ ਦੇ ਕਹੇ ਹੋਏ ਬਚਨ ਧੀਰਕਦਰਥ ਨਿੱਤੀ ਜਿ ਦਿਲਾਸਾ ਜਿਹੜੇ ਆਪਣੇ ਬਚਨਾਂ ਨਾਲ ਹੀ ਦਿਲਾਸਾ ਦੇਣ ਤੇ ਸਾਡਾ ਮਨ ਜਿਹੜਾ ਹੈ ਨਾ ਮਨ ਉਹਦਾ ਉਧਾਰ ਹੋ ਜਾਏ ਜਿਨ੍ਹਾਂ ਦੇ ਪੇਟ ਦਰਸ਼ਨ ਪਰਸਦਿਆਂ ਹੋਈ ਕੋਟ ਕਰੋੜਾਂ ਪਾਪ ਮਿਟ ਜਾਣ ਹੁਣ ਇਹੋ ਜੇ ਤੇ ਰੱਬ ਦੇ ਪਿਆਰੇ ਹੋ ਸਕਦੇ ਨੇ ਰੱਬ ਨੂੰ ਅਸੀਂ ਅੱਖੀਆਂ ਦੇ ਨਾਲ ਨਹੀਂ ਦੇ ਸਕਦੇ ਰੱਬ ਦਾ ਕੋਈ ਆਕਾਰ ਨਹੀਂ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਚੱਕਰ ਨਹੀਂ ਕੋਈ ਚਿਹਨ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਪਰ ਰੱਬ ਦੇ دیدار ਕਰਨੇ ਹੋਣ ਕਿ ਰੱਬ ਦੇ ਪਿਆਰਿਆਂ 'ਚੋਂ ਰੱਬ ਦੇ دیدار ਹੁੰਦੇ ਨੇ ਰੱਬ ਦੇ دیدار ਕਿਵੇਂ ਹੁੰਦੇ ਕਿ ਰੱਬ ਦੇ ਪਿਆਰਿਆਂ ਦਾ ਸੁਭਾਅ ਹੀ ਰੱਬ ਵਰਗਾ ਹੁੰਦਾ ਉਹ ਰੱਬ ਵਾਂਗੂ ਹੀ ਵਿਚਰਦੇ ਨੇ ਧਰਤੀ ਤੇ ਇਸ ਕਰਕੇ 사ਦਗੁਰੂ ਰੱਬੀ ਪਿਆਰਿਆਂ ਦੀ ਵਿਦਾਈ ਕਰਦੇ ਆ ਵਿਦਵਾਨ ਕਹਿੰਦੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਪਰਮਾਤਮਾ ਦੇ ਨਿਤ ਅਵਤਾਰ ਨੇ ਰੱਬ ਦੇ ਪਿਆਰੇ ਰੱਬ ਦੇ ਪਿਆਰੇ ਦੀ ਇਹ ਪਹਿਚਾਨ ਹੈ ਕਿ ਉਹਦੇ ਕੋਲ ਜੇ ਕੋ ਆਏ ਨਾ ਤੇ ਉਹ ਕੇਵਲ ਰੱਬ ਦੀ ਗੱਲ ਕਰਦਾ ਹੈ ਕੇਵਲ ਰੱਬ ਦੇ ਨਾਲ ਜੋੜਦਾ ਉਹ ਆਪਣੇ ਨਾਲ ਨਹੀਂ ਜੋੜਦਾ ਦੇਖੋ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਪੜੋ ਭਗਤ ਜਨਾਂ ਦੀ ਅੰਮ੍ਰਿਤ ਬਾਣੀ ਪੜੋ ਉਹਨਾਂ ਨੇ ਵਾਰੰਗ-ਵਾਰ ਸਾਨੂੰ ਰੱਬ ਦੀ ਪਰਮਾਤਮਾ ਦੀ ਗੱਲ ਕਹੀ ਹੈ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦੀ ਗੱਲ ਕਹੀ ਹੈ ਤੇ ਸਤਿਗੁਰੂ ਸਾਹਿਬ ਜੀ ਇੱਥੇ ਵੀ ਕਹਿੰਦੇ ਕਿ ਪਰਮਾਤਮਾ ਇਹ ਗੱਲ ਕਹਿੰਦਾ ਹੈ ਕਿ ਜਿਹੜੇ ਮੇਰੇ ਪਿਆਰੇ ਨੇ ਉਹ ਮੇਰਾ ਹੀ ਰੂਪ ਨੇ ਨਿਜ ਰੂਪ ਨੇ ਮੇਰਾ ਉਹਨਾਂ ਦੇ ਦਰਸ਼ਨ ਜਿਹੜੇ ਨੇ ਜੇ ਤੁਸੀਂ ਨਿਮਖਾ ਮਾਤਰ ਵੀ ਕਰ ਲਓ ਉਹਨ ਰੱਬੀ ਪਿਆਰਿਆਂ ਦੇ ਦਰਸ਼ਨ ਕੀ ਨੇ ਕਿ ਉਹਨਾਂ ਨੂੰ ਅੱਖਾਂ ਨਾਲ ਦੇਖਣਾ ਹੀ ਉਹਨਾਂ ਦੇ ਦਰਸ਼ਨ ਨੇ ਅੱਖਾਂ ਨਾਲ ਦੇਖਣਾ ਇਹ ਇੱਕ ਬਾਹਰੀ ਉਪਾਅ ਹੋ ਸਕਦਾ ਹੈ ਪਹਿਲਾ ਪੜਾਅ ਹੋ ਸਕਦਾ ਹੈ ਲੇਕਿਨ ਅੱਖਾਂ ਨਾਲ ਦੇਖਣਾ ਹੀ ਉਹ ਦਰਸ਼ਨ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਨਾਂ ਦੀ ਜਦੋਂ ਗੱਲ ਕੀਤੀ ਨਾ ਗੁਰਬਾਣੀ ਚ ਇੱਕ ਪਵਿੱਤਰ ਬਚਨ ਅੰਕਤ ਹੈ ਸਤਿਗੁਰੂ ਨੂੰ ਸਭ ਕੋ ਦੇਖਦਾ ਜੇ ਤਾ ਜਗਤ ਸੰਸਾਰ ਜਿੱਥੇ ਮੁਕਤ ਨ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਪੀ ਗੁਰੂ ਨੂੰ ਤੇ ਬਹੁਤ ਦੁਨੀਆ ਦੇਖਦੀ ਹੈ ਆਪਾ ਦੇਖਦੇ ਬੇਅੰਤ ਲੋਕ ਹੁੰਦੇ ਨੇ ਮੱਥਾ ਟੇਕਦੇ ਕਿ ਦੂਰੋਂ ਦੇਖਦੇ ਨੇ ਕਿ ਨੇੜਿਓਂ ਅੱਗ ਦੇਖ ਲੈਂਦੇ ਨੇ ਕਿ ਸਾਰਿਆਂ ਦਾ ਉਧਾਰ ਹੋ ਜਾਂਦਾ ਹੈ ਸਤਗੁਰੂ ਜੀ ਕਹਿੰਦੇ ਕੇਵਲ ਇਨ ਅੱਖਾਂ ਨਾਲ ਦੇਖਿਆਂ ਗੱਲ ਨਹੀਂ ਬਣਨੀ ਮੁਕਤੀ ਨਹੀਂ ਮਿਲਣੀ ਦੁੱਖਾਂ ਤੋਂ ਜਿੰਨਾ ਚਿਰ ਅਸੀਂ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨੂੰ ਆਪਣੀ ਜ਼ਿੰਦਗੀ ਚ ਧਾਰਨ ਨਹੀਂ ਕਰਦੇ ਗੁਰੂ ਕੇ ਦਰਸ਼ਨ ਕੀਨੇ ਗੁਰੂ ਕੇ ਸ਼ਬਦ ਨੂੰ ਸੁਣਨਾ ਗੁਰੂ ਕੇ ਸ਼ਬਦ ਨੂੰ ਹਿਰਦੇ ਚ ਵਸਾਉਣਾ ਉਹ ਸੰਸਾਰ ਜ਼ਿੰਦਗੀ ਬਣਾਉਣੀ ਇਹ ਗੁਰੂ ਦਾ ਰੂਪ ਹੈ ਜਦੋਂ ਭਗਤਾਂ ਦੇ ਦਰਸ਼ਨਾਂ ਦੀ ਗੱਲ ਕੀਤੀ ਕਿ ਦਰਸ਼ਨ ਨਿਮਖ ਮਾਤਾਪ ਤ੍ਰੈ మోਚਨ ਕਿ ਰੱਬੀ ਪਿਆਰਿਆਂ ਦੇ ਨਿਮਖ ਭਾਰ ਸਮੇਂ ਲਈ ਕੀਤੇ ਵੀ ਦਰਸ਼ਨ ਜਿਹੜੇ ਨੇ ਉਹ ਮਨੁੱਖ ਦੀ ਜ਼ਿੰਦਗੀ ਵਿੱਚੋਂ ਤਿੰਨਾ ਤਾਪਾਂ ਨੂੰ ਜਿਹਨੂੰ ਆਪਾਂ ਕਹਿੰਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਆਦੀਆਂ ਭੇਦੀਆਂ ਉਪਾਧੀਆਂ ਜਿਹੜੀਆਂ ਨੇ ਇਹਨਾਂ ਨੂੰ ਮਿਟ ਦਿੰਦੇ ਨੇ ਦਰਸ਼ਨ ਦਾ ਭਾਵ ਇਹ ਹੈ ਕਿ ਉਹਨਾਂ ਦੀ ਵਿਚਾਰਧਾਰਾ ਨਾਲ ਜੋੜਨਾ ਤੁਸੀਂ ਕਿਸੇ ਨੂੰ ਮੱਥੇ ਟੇਕੀ ਜਾਓਗੇ ਮੱਥਾ ਟੇਕਣਾ ਇੱਕ ਬਾਹਰਲਾ ਕਰਮ ਤਾਂ ਹੈ ਪਰ ਜੇ ਆਪਾਂ ਦੁੱਖਾਂ ਤੋਂ ਮੁਕਤ ਹੋਣਾ ਹੈ ਉਦਾਹਰਣ ਦੇ ਕੋਲ ਡਾਕਟਰ ਕੋਲ ਹੀ ਅਸੀਂ ਚਲੇ ਜਾਨੇ ਆ ਡਾਕਟਰ ਨੂੰ ਮੱਥਾ ਟੇਕੀ ਜਾਓ ਤੁਸੀਂ ਕੋ ਰੋਗ ਤੋਂ ਮੁਕਤ ਹੋ ਜਾਓਗੇ ਡਾਕਟਰ ਦਾ ਸਤਿਕਾਰ ਕਰਨਾ ਉਹ ਇੱਕ ਗਲ ਵੱਖਰੀ ਗੱਲ ਪਰ ਰੋਗ ਤੋਂ ਤੇ ਮੁਕਤ ਤਾਂ ਹੋਵਾਂਗੇ ਨਾ ਜੇ ਅਸੀਂ ਉਹਦੀ ਦਿੱਤੀ ਹੋਈ ਦਵਾਈ ਖਾਵਾਂਗੇ ਉਹਦੇ ਅਨੁਸਾਰ ਅਸੀਂ ਜ਼ਿੰਦਗੀ ਬਤੀਤ ਕਰਾਂਗੇ ਕਿਸੇ ਟੀਚਰ ਨੂੰ ਮੱਥਾ ਟੇਕਿਆ ਸਕੂਲ ਕਾਲਜ ਨੂੰ ਮੱਥਾ ਟੇਕਿਆ ਕੋ ਡਾਕਟਰ ਇੰਜੀਨੀਅਰ ਥੋੜੋ ਬਣ ਜਾਂਦੇ ਨੇ ਬੰਦੇ ਉੱਥੇ ਪੜ੍ਹਨਾ ਪੈਂਦਾ ਉੱਥੇ ਜਾ ਕੇ ਸਮਝਣਾ ਪੈਂਦਾ ਹੋਣ ਰੱਬੀ ਪਿਆਰਿਆਂ ਦੇ ਦਰਸ਼ਨਾਂ ਦਾ ਅਰਥ ਇਹ ਹੈ ਕਿ ਜੇ ਤੁਸੀਂ ਨਿਮਕ ਪਾਰ ਸਮੇ ਲਈ ਵੀ ਉਹਨਾਂ ਦੇ ਬਚਨ ਆਪਣੀ ਸੁਰਤ ਵਿੱਚ ਵਸਾ ਲਓਗੇ ਦਰਸ਼ਨ ਸੁਰਤ ਦੇ ਨਾਲ ਕਰਨੇ ਨੇ ਵੇਖੋ ਰੱਬ ਨੂੰ ਜਾਂ ਰੱਬੀ ਪਿਆਰਿਆਂ ਨੂੰ ਦੇਖਣ ਦੇ ਲਈ ਸਤਿਗੁਰੂ ਜੀ ਕਹਿੰਦੇ ਸੇ ਅਖੜੀਆਂ ਬਿਆਨ ਉਹ ਅੱਖਾਂ ਕੋਈ ਹੋਰ ਨਹੀਂ ਸੁਰਤ ਕਰਕੇ ਉਹਨਾਂ ਨਾਲ ਜੋੜਨਾ ਸੁਰਤ ਕਰਕੇ ਉਹਨਾਂ ਦੇ ਉਪਦੇਸ਼ ਨੂੰ ਆਪਣੀ ਸੁਰਤ ਵਿੱਚ ਵਸਾ ਲੈਣਾ ਇਹ ਦਰਸ਼ਨ ਨੇ ਰੱਬੀ ਪਿਆਰਿਆਂ ਦੇ ਹੁਣ ਜਦੋਂ ਅਸੀਂ ਰੱਬੀ ਪਿਆਰਿਆਂ ਦੇ ਬਚਨਾਂ ਨੂੰ ਆਪਣੀ ਸੁਰਤ ਵਿੱਚ ਵਸਾ ਲਵਾਂਗੇ ਉਸ ਸੰਸਾਰ ਜੀਵਨ ਬਤੀਤ ਕਰਾਂਗੇ ਕਿਹੜਾ ਦੁੱਖ ਜਿਹੜਾ ਮਨੁੱਖ ਦੀ ਜ਼ਿੰਦਗੀ ਚ ਰਹਿ ਜਾਏਗਾ ਦੁੱਖਾਂ ਦਾ ਕਾਰਨ ਸਾਡੀ ਸੋਚ ਹੈ ਸਾਡੇ ਅੰਦਰਲੀ ਮਾੜੀ ਨਕਮੀ ਜਾਂ ਰੋਗੀ ਸੋਚ ਹੈ ਜਦੋਂ ਸਾਡੀ ਸੋਚ ਬਦਲ ਜਾਏਗੀ ਜ਼ਿੰਦਗੀ ਚ ਚਿੰਤਾ ਮੁਕ ਜਾਏਗੀ ਜ਼ਿੰਦਗੀ ਵਿੱਚੋਂ ਫਿਕਰ ਮੁੱਕ ਜਾਣਗੇ ਜ਼ਿੰਦਗੀ ਵਿੱਚੋਂ ਈਰਖਾ ਮੁੱਕ ਜਾਏਗੀ ਜ਼ਿੰਦਗੀ ਵਿੱਚੋਂ ਨਫ਼ਰਤ ਮੁੱਕ ਜਾਏਗੀ ਜ਼ਿੰਦਗੀ ਚੋਂ ਵੈਰ ਵਿਰੋਧ ਖਤਮ ਹੋ ਜਾਏਗਾ ਆਪਣੀ ਆਪ ਜਿੰਦਗੀ ਸੁੱਖ ਨਾਲ ਭਰਪੂਰ ਹੋ ਜਾਏਗੀ ਹੁਣ ਅੰਦਰ ਸਾਡੇ ਈਰਖਾ ਹੈ ਹੰਕਾਰ ਹੈ ਸਾਡੇ ਅੰਦਰ ਹੋਰ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਨੇ ਬਾਹਰੋਂ ਅਸੀਂ ਕਿਸੇ ਨੂੰ ਵੀ ਮੱਥਾ ਟੇਕੀ ਜਾਈਓ ਉਹਦੇ ਨਾਲ ਕੀ ਬਣੇਗਾ ਦਰਸ਼ਨ ਦਾ ਅਰਥ ਇਹ ਹੈ ਕਿ ਸੁਰਤ ਵਿੱਚ ਉਹਨਾਂ ਦੇ ਬਚਨਾਂ ਨੂੰ ਵਸਾ ਲੈਣਾ ਇੱਕ ਨਿਮਕ ਪਰ ਸਮੇਂ ਲਈ ਵੀ ਜੇ ਉਹਨਾਂ ਦੇ ਬਚਨ ਸਾਡੀ ਸੁਰਤ ਵਿੱਚ ਵਸ ਜਾਣ ਉਦੋਂ ਹੀ ਸਾਡੀ ਸੁਰਤ ਜਿਹੜੀ ਹੈ ਉਸ ਸੁੱਖ ਨਾਲ ਭਰਪੂਰ ਹੋ ਜਾਂਦੀ ਹੈ ਆ ਜਿਹੜੀਆਂ ਆਧੀਆਂ ਬਿਆਧੀਆਂ ਉਪਾਧੀਆਂ ਨੇ ਇਹ ਮਿਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰਸਤ ਮੁਕਤ ਕਰਤ ਗ੍ਰਹਿ ਕੂਪ ਇੱਕ ਤੇ ਇਹ ਦਰਸ਼ਨ ਦੇਖਣਾ ਇੱਕ ਇਹ ਦਰਸ਼ਨ ਪਰਸ ਲੈਣਾ ਪਰਸਣ ਦਾ ਅਰਥ ਹੈ ਕਿ ਉਹਨਾਂ ਦੇ ਬਚਨਾਂ ਨੂੰ ਪੂਰਨ ਤੌਰ ਤੇ ਜ਼ਿੰਦਗੀ ਚ ਅਮਲ ਵਿੱਚ ਗ੍ਰਹਿਣ ਕਰ ਲੈਣਾ ਜ਼ਿੰਦਗੀ ਚ ਧਾਰਨ ਕਰ ਲੈਣਾ ਗ੍ਰਹਿ ਕੂਪ ਗ੍ਰਹਿ ਦਾ ਅਰਥ ਨੇ ਘਰ ਗ੍ਰਿਸ਼ਤੀ ਜੀ ਨੂੰ ਆਪਾਂ ਕਹਿੰਨੇ ਕੂਪ ਕਹਿੰਦੇ ਨੇ ਖੂਨ ਅੱਜ ਜਿਹੜਾ ਅਸੀਂ ਕੇਵਲ ਦੁਨੀਆਦਾਰੀ ਦੇ ਅੰਨੇ ਖੂਹ ਵਿੱਚ ਡਿੱਗੇ ਹੋਏ ਆ ਅੰਨੇ ਖੂਦ ਅਰਥੇ ਹੁੰਦਾ ਹੈ ਖੂਹ ਦੇ ਵਿੱਚ ਬੰਦਾ ਡਿੱਗ ਜਾਏ ਨਾ ਇੱਕ ਤੇ ਖੂਹ ਚ ਹਨੇਰਾ ਹੀ ਹੁੰਦਾ ਹੈ ਕਈ ਖੂਹ ਬੜੇ ਡੂੰਘੇ ਹੁੰਦੇ ਨੇ ਸੁੱਕੇ ਹੁੰਦੇ ਨੇ ਹਨੇਰਾ ਹੁੰਦਾ ਔਰ ਉੱਥੇ ਬੰਦਾ ਇਕੱਲਾ ਹੁੰਦਾ ਡਰਿਆ ਹੋਇਆ ਹੁੰਦਾ ਇਹ ਉਹਨੂੰ ਆਪਣੇ ਤੋਂ ਬਿਨਾ ਹੋਰ ਕੁਝ ਵੀ ਉੱਥੇ ਸੁਜਦਾ ਨਹੀਂ ਨਜ਼ਰ ਨਹੀਂ ਆਉਂਦਾ ਖੂਹ ਵਿੱਚ ਬੰਦਾ ਇਕੱਲਾ ਕੂ ਵਿੱਚ ਡਰਿਆ ਹੋਇਆ ਦੁਨੀਆ ਨਾਲ ਉਹਦਾ ਕੋਈ ਸਬੰਧ ਨਹੀਂ ਬਿਲਕੁਲ ਜਦੋਂ ਕੋ ਬੰਦਾ ਆਪਣੇ ਘਰ ਪਰਿਵਾਰ ਦੇ ਮੋਚ ਇੰਨਾ ਖਛਤ ਹੋ ਜਾਏ ਕਿ ਉਹਨੂੰ ਆਪਣੇ ਪਰਿਵਾਰ ਤੋਂ ਬਿਨਾਂ ਹੋਰ ਕੁਝ ਨਜ਼ਰੀ ਨਾ ਆਏ ਉਹ ਆਪਣੇ ਸੁੱਖਾਂ ਦੀ ਖਾਤਰ ਲੋਕਾਂ ਨੂੰ ਦੁੱਖ ਦੇਈ ਚਲਿਆ ਜਾਏ ਆਪਣੇ ਕਾਰੋਬਾਰ ਦੀ ਖਾਤਰ ਲੋਕਾਂ ਨੇ ਕਾਰੋਬਾਰ ਬਰਬਾਦ ਕਰੀ ਚਲਿਆ ਜਾਏ ਆਪਣੇ ਬੱਚਿਆਂ ਦੀ ਖਾਤਰ ਲੋਕਾਂ ਦੇ ਬੱਚਿਆਂ ਨੂੰ ਪਰੇਸ਼ਾਨ ਕਰੀ ਚਲਿਆ ਜਾਏ ਇਹਨੂੰ ਕਹਿੰਦੇ ਅੰਨਾ ਖੂ ਆਪਣਿਆਂ ਤੋਂ ਬਿਨਾ ਹੋਰ ਕੁਝ ਨਜ਼ਰ ਨਾ ਆਉਣਾ ਸਿਰਫ ਆਪਣੇ ਤੱਕ ਹੀ ਸੀਮਤ ਰਹਿਣਾ ਸਤਿਗੁਰੂ ਜੀ ਕਹਿੰਦੇ ਆ ਜਿਹੜਾ ਸਿੱਖ ਘਰ ਗ੍ਰਿਸ਼ਤੀ ਦੇ ਅੰਨੇ ਖੂਹ ਵਿੱਚ ਨਹੀਂ ਡਿੱਗੇ ਹੋਏ ਭਾਵ ਕੇ ਕੇਵਲ ਸਵਾਰਥੀ ਜ਼ਿੰਦਗੀ ਬਤੀਤ ਕਰਦੇ ਆ ਕੇਵਲ ਮੋਹ ਮਾਇਆ ਵਿੱਚ ਬੱਜੇ ਬੈਠੇ ਆ ਜਦੋਂ ਅਸੀਂ ਰੱਬੀ ਪਿਆਰਿਆਂ ਦੇ ਦਰਸ਼ਨ ਪਰਸ ਲਵਾਂਗੇ ਉਦੋਂ ਅਸੀਂ ਇਸ ਅੰਨੇ ਖੂਹ ਤੋਂ ਮੁਕਤ ਹੋ ਜਾਵਾਂਗੇ ਭਾਵ ਸਾਡੇ ਅੰਦਰੋਂ ਆਹ ਮੋਹ ਜਿਹੜਾ ਹੈ ਨਾ ਪਕੜ ਜਿਹੜੀ ਮਮਤਾ ਹੈ ਇਹ ਮਿਟਣੀ ਸ਼ੁਰੂ ਹੋ ਜਾਏਗੀ ਫਿਰ ਜਿੰਨਾ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਦੂਜੇ ਵੀ ਸਾਨੂੰ ਪਿਆਰੇ ਲੱਗਣਗੇ ਗੁਰਮਤਿ ਨੇ ਕਿਹਾ ਪਿਆਰ ਕਰੋ ਕਰਦੇ ਵਿੱਚ ਪਰਿਵਾਰ ਚ ਪਿਆਰ ਹੋਣਾ ਚਾਹੀਦਾ ਹੈ ਬੱਚਿਆਂ ਨਾਲ ਪਿਆਰ ਹੋਣਾ ਚਾਹੀਦਾ ਪਰ ਪਿਆਰ ਤੇ ਮੋਹ ਵਿੱਚ ਬੜਾ ਭਾਰੀ ਫਰਕ ਹੈ ਪਿਆਰ ਬੰਧਨ ਬਣ ਜਾਂਦਾ ਹੈ ਆ ਮੋਹ ਬੰਧਨ ਬਣ ਜਾਂਦਾ ਹੈ ਪਿਆਰ ਬੰਧਨਾਂ ਨੂੰ ਕੱਟਦਾ ਹੈ ਮੋਹ ਦੁੱਖਾਂ ਦਾ ਕਾਰਨ ਬਣਦਾ ਹੈ ਪਿਆਰ ਦੁੱਖਾਂ ਤੋਂ ਮੁਕਤ ਕਰਦਾ ਹੈ ਇਸ ਕਰਕੇ ਸਾਰਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਰਬੀ ਪਿਆਰਿਆਂ ਦੇ ਅਸੀਂ ਨਿਮਕ ਪਾਰ ਸਮੇਂ ਲਈ ਵੀ ਦਰਸ਼ਨ ਪਰਸ ਲਾਵਾਂਗੇ ਸਾਡੇ ਇਤਨੇ ਤਾਪ ਮਿਟ ਜਾਣਗੇ ਸਾਡੀ ਜ਼ਿੰਦਗੀ ਵਿੱਚ ਅਸੀਂ ਜਿਹੜਾ ਅੰਨੇ ਖੂਜ ਡਿਗੇ ਹੋਏ ਆਂ ਪਾਪ ਮੋਹ ਮਾਇਆ ਵਿੱਚ ਅਸੀਂ ਖੱਚ ਤਾਂ ਅਸੀਂ ਉਹਦੇ ਵਿੱਚੋਂ ਮੁਕਤ ਹੋ ਜਾਵਾਂਗੇ ਉੱਤੇ ਉਠਣੇ ਸ਼ੁਰੂ ਹੋ ਜਾਵਾਂਗੇ ਫਿਰ ਅਸੀਂ ਕੇਵਲ ਆਪਣੀ ਪਰਿਵਾਰ ਤੱਕ ਨਹੀਂ ਸਗੋ ਸਾਰੀ ਦੁਨੀਆ ਨੂੰ ਆਪਣਾ ਪਰਿਵਾਰ ਸਮਝਾਂਗੇ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਾਂਗੇ ਅਸੀਂ ਆਪਣੇ ਸਵਾਰਥ ਦੀ ਖਾਤਰ ਹੋਰ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਮਿਹਨਤ ਕਰਾਂਗੇ ਘਰ ਲਈ ਉਦਮ ਕਰਾਂਗੇ ਪਰ ਆਪਣੀ ਖਾਤਰ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਸਗੋਂ ਸਰਬੱਤ ਦੇ ਭਲੇ ਦੀ ਗੱਲ ਕਰਾਂਗੇ ਪਰ ਕਦੋਂ ਜਦੋਂ ਰੱਬੀ ਪਿਆਰਿਆਂ ਦੇ ਅਸੀਂ ਨਿਮਖ ਪਾਰ ਸਮੇ ਲਈ ਵੀ ਦਰਸ਼ਨ ਪਰਸ ਲੈ ਭਾਵ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਬਚਨ ਸੁਣ ਕੇ ਆਪਣੇ ਹਿਰਦੇ 'ਚ ਵਸਾ ਲੈ ਰਹਾਓ ਮੇਰੀ ਬਾਂਦੀ ਭਗਤ ਛੁਡਾਵੇ ਬੰਧ ਹੈ ਭਗਤ ਨਾ ਛੂਟੇ ਮੋਹੇ ਭਗਵਾਨ ਨਾਮਦੇਵ ਸਾਹਿਬ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜੀ ਇਹ ਗੱਲ ਕਹਿੰਦੇ ਨੇ ਕਿ ਮੇਰੀ ਬੰਦੀ ਭਗਤ ਛੁਡਾਵੇ ਪ੍ਰਮਾਤਮਾ ਕਹਿੰਦਾ ਕਿ ਜਿਹੜਾ ਮੈਂ ਬੰਧਨ ਪਾਇਆ ਹੈ ਨਾ ਪ੍ਰਮਾਤਮਾ ਨੇ ਕਿਹੜਾ ਬੰਧਨ ਪਾਇਆ ਹੈ ਮੋਹ ਦਾ ਬੰਧਨ ਬਹੁਤ ਵੱਡਾ ਹੈ ਸਾਡੇ ਲਈ ਪ੍ਰਮਾਤਮਾ ਕਹਿੰਦਾ ਕਿ ਮੈਂ ਜਿਹੜਾ ਮੋਹ ਦਾ ਬੰਧਨ ਪਾਇਆ ਹੈ ਨਾ ਭਗਤ ਉਸ ਬੰਧਨ ਤੋਂ ਮੁਕਤ ਹੋ ਜਾਂਦਾ ਹੈ ਗੁਰਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਜੀ ਦੇ ਇੱਕ ਥਾਂ ਤੇ ਪਿਆਰੇ ਬਚਨ ਜੋ ਤੁਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਆਪਣੀ ਛੁਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਹ ਦੇ ਹੈ ਪ੍ਰਮਾਤਮਾ ਜੀ ਜੇ ਤੁਸੀਂ ਸਾਨੂੰ ਮੋਹ ਦੇ ਬੰਧਨਾ ਵਿੱਚ ਫਾਇਆਂ ਵਿੱਚ ਬਣਿਆ ਹੈ ਨਾ ਤੇ ਅਸੀਂ ਤੇ ਤੁਹਾਨੂੰ ਪਿਆਰ ਦੇ ਬੰਧਨਾ ਵਿੱਚ ਬਨ ਲਿਆ ਅਸੀਂ ਤੁਹਾਡਾ ਸਿਮਰਨ ਕਰਕੇ ਮੋਹ ਦੇ ਬੰਧਨਾ ਤੋਂ ਮੁਕਤ ਹੋ ਗਏ ਹੁਣ ਤੁਸੀਂ ਆਪਣਾ ਫਿਕਰ ਕਰੋ ਕਿ ਤੁਸੀਂ ਕਿਵੇਂ ਛੁੱਟੋਗੇ ਪਰਮਾਤਮਾ ਪਿਆਰ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਪਿਆਰ ਇੰਨਾ ਮਜਬੂਤ ਹੈ ਭਗਤ ਜੀ ਕਹਿੰਦੇ ਨੇ ਕਿ ਮੇਰੀ ਬੰਦੀ ਭਗਤ ਛਡਾਵੈ ਪਰਮਾਤਮਾ ਕਹਿੰਦੇ ਕਿ ਮੇਰੇ ਪਾਏ ਹੋਏ ਜਿਹੜੇ ਬੰਧਨ ਨੇ ਜਿਨ੍ਹਾਂ ਨੂੰ ਮੈਂ ਮੋਹ ਮਾਇਆ ਵਿੱਚ ਬਣਿਆ ਹੋਇਆ ਹੈ ਭਗਤ ਸਿਮਰਨ ਕਰਕੇ ਪਿਆਰ ਕਰਕੇ ਉਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਸੁਤੰਤਰ ਹੋ ਜਾਂਦਾ ਹੈ ਬੰਧੇ ਭਗਤ ਨਾ ਛੂਟੇ ਮੋਹ ਲੇਕਰ ਜਿਹੜਾ ਭਗਤ ਮੈਨੂੰ ਆਪਣੇ ਪਿਆਰ ਦੇ ਬੰਧਨਾਂ ਵਿੱਚ ਬੰਨ ਲੈਂਦਾ ਹੈ ਨਾ ਉਸ ਪਿਆਰ ਦੇ ਬੰਧਨ ਤੋਂ ਨਹੀਂ ਮੈਂ ਛੁੱਟ ਸਕਦਾ ਪਰਮਾਤਮਾ ਨੇ ਭਗਤਾਂ ਨੂੰ ਪਿਆਰ ਦੇ ਨਾਲ ਹੀ ਕਾਬੂ ਕੀਤਾ ਗੁਰਬਾਣੀ ਕਹਿੰਦੀ ਉਹ ਮਿਲਦਾ ਹੀ ਪਿਆਰ ਦੇ ਨਾਲ ਹੈ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਤੇ ਭਗਤ ਜੀ ਕਹਿੰਦੇ ਇੱਕ ਸਮੇ ਮੋਕੋ ਗਹਿ ਬੰਧ ਹੈ ਤਉਫਨ ਮੋਪੈ ਜਵਾਬ ਨਾ ਹੋਏ ਪਰਮਾਤਮਾ ਜੀ ਕਹਿੰਦੇ ਕਿ ਇੱਕ ਸਮਾਂ ਹੁੰਦਾ ਹੈ ਭਗਤ ਮੈਨੂੰ ਵੀ ਆਪਣੇ ਪਿਆਰ ਦੇ ਬੰਧਨਾਂ ਵਿੱਚ ਬੰਨ ਲੈਂਦਾ ਤੇ ਉਸ ਵੇਲੇ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ ਭਾਵ ਜੋ ਪ੍ਰਮਾਤਮਾ ਨਾਲ ਪਿਆਰ ਕਰਦਾ ਹੈ ਪ੍ਰਮਾਤਮਾ ਉਸ ਪਿਆਰ ਦੇ ਬੰਧਨਾਂ ਨੂੰ ਤੋੜ ਨਹੀਂ ਸਕਦਾ ਇਵੇਂ ਕਹਿ ਲਓ ਕਿ ਭਗਤ ਪਿਆਰ ਨਾਲ ਪ੍ਰਮਾਤਮਾ ਨੂੰ ਬੰਨ ਲੈਂਦੇ ਨੇ ਬੇਅੰਤ ਗਥਾਵਾਂ ਨੇ ਜਿੱਥੇ ਰੱਬੀ ਪਿਆਰਿਆਂ ਨਾਲ ਜਿੰਨੇ ਵੀ ਪਿਆਰ ਕੀਤਾ ਉਹ ਪਿਆਰ ਜਿਹੜਾ ਸੀ ਉਹਨੂੰ ਖਿੱਚ ਕੇ ਲਿਆ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਦਾ ਜੀਵਨ ਇਤਿਹਾਸ ਪੜਦੇ ਆ ਗੁਰੂ ਸਾਹਿਬ ਜੀ ਡਰੋਲੀ ਨਗਰ ਵਿੱਚ ਨੇ ਮਾਲਵੇ ਦੀ ਧਰਤੀ 'ਚ ਇਹ ਨਗਰ ਹੈ 사ਧਗੁਰੂ ਜੀ ਦੇ ਪ੍ਰੇਮੀ ਭਾਈ ਸਾਧੂ ਤੇ ਭਾਈ ਰੂਪਾ ਦੋ ਸੇਵਕ ਸਨ ਕਹਿੰਦੇ ਨੇ ਇਹ ਜੰਗਲ 'ਚ ਜਾਂਦੇ ਨੇ ਲੱਕੜਾਂ ਵੜਦੇ ਨੇ ਸਵੇਰੇ ਘਰੋਂ ਚੱਲਦੇ ਨੇ ਨਾਲ ਪਾਣੀ ਲੈ ਲੈਣੇ ਨਿਤੁਰ ਪੈਂਦੇ ਨੇ ਇੱਕ ਦਿਨ ਦੀ ਗੱਲ ਹੈ ਦੋਵੇਂ ਗੁਰੂ ਦੇ ਪਿਆਰੇ ਸਿੱਖ ਸਨ ਇੱਕ ਦਿਨ ਦੀ ਗੱਲ ਹੈ ਜੰਗਲ 'ਚ ਗਏ ਉਹ ਪਾਣੀ ਵਾਲਾ ਜਿਹੜਾ ਸੀ ਨਾ ਜੋ ਵੀ ਬਰਤਨ ਸੀ ਕੁੱਜਾ ਸੀ ਜਾਂ ਮਸਕ ਸੀ ਉਹ ਇਹਨਾਂ ਨੇ ਜਿੱਥੇ ਰੱਖੀ ਐ ਇੱਕ ਕੁਦਰਤ ਦਾ ਨਿਯਮ ਐ ਕਿ ਜਦੋਂ ਕੋਈ ਚੀਜ਼ ਕੋਰਾ ਭੰਡਾ ਹੀ ਐ ਜੇ ਠੰਡੇ ਥਾਂ ਪਿਆ ਹੈ ਉਹਨੂੰ ਗਰਮ ਹਵਾ ਲੱਗਦੀ ਐ ਤੇ ਉਹ ਬਹੁਤ ਠੰਡਾ ਹੋ ਜਾਂਦਾ ਹੈ ਭੰਡੇ ਦੇ ਵਿੱਚ ਮਿੱਟੀ ਦੇ ਬਰਤਨ ਚ ਪਾਣੀ ਠੰਡਾ ਹੋ ਜਾਂਦਾ ਬਹੁਤ ਠੰਡਾ ਹੋ ਜਾਂਦਾ ਕਹਿੰਦੇ ਨੇ ਉਹ ਪਾਣੀ ਬੜਾ ਠਰਿਆ ਬੜਾ ਸ਼ੀਤਲ ਜਦੋਂ ਉਹਨਾਂ ਨੂੰ ਪਿਆਸ ਲੱਗੀ ਪਾਣੀ ਦੇ ਨੇੜੇ ਆਏ ਪਾਣੀ ਦੇਖਿਆ ਬੜਾ ਸੀਤਲ ਹੈ ਤੇ ਮੂੰਹੋਂ ਇੱਕ ਆਵਾਜ਼ ਨਿਕਲੀ ਕਿ ਇੰਨਾ ਸੀਤਲ ਜਲ ਕਿਤੇ ਗੁਰੂ ਸਾਹਿਬ ਜੀ ਪ੍ਰਵਾਨ ਕਰ ਲੈਣ ਉਹਨਾਂ ਨੂੰ ਸ਼ਿਕਾਇਆ ਜਾਏ ਇਹ ਸਿੱਖ ਦੀ ਭਾਵਨਾ ਹੈ ਨਾ ਕਿ ਜਿਹੜੀ ਆਪਣੀ ਜ਼ਿੰਦਗੀ ਦੀ ਵਧੀਆ ਉਤਮ ਚੀਜ਼ ਹੈ ਉਹ ਗੁਰੂ ਨੂੰ ਭੇਟ ਕਰਦਾ ਹੈ ਕਹਿੰਦੇ ਕਿ ਇੰਨਾ ਸੀਤਲ ਜਲ ਕਿਤੇ ਸਤਗੁਰੂ ਜੀ ਹੋਣ ਨਾ ਨੇੜੇ ਉਹਨਾਂ ਨੂੰ ਸ਼ਿਕਾ ਦਈਏ ਮੁੱਖ ਤੋਂ ਹੀ ਗੱਲ ਨਿਕਲ ਗਈ ਹੁਣ ਆਪ ਪਾਣੀ ਪੀਤਾ ਨਹੀਂ ਕਿ ਸਤਿਗੁਰੂ ਜੀ ਨੂੰ ਛਕਾਉਣਾ ਪਹਿਲੇ ਸਤਿਗੁਰੂ ਜੀ ਉੱਥੇ ਨੇੜੇ ਨਹੀਂ ਐ ਆਪ ਆਪਣੇ ਕੰਮ 'ਚ ਲੱਗ ਗਏ ਗਰਮੀਆਂ ਦੇ ਦਿਨ ਪਿਆਸ ਲੱਗੀ ਹੋਰ ਲੱਗੀ ਜਦੋਂ ਨੇੜੇ ਜਾਂਦੇ ਪਾਣੀ ਦੇ ਗੱਲ ਯਾਦ ਆ ਜਾਂਦੀ ਕਿ ਇਹ ਪਹਿਲਾਂ ਗੁਰੂ ਸਾਹਿਬ ਜੀ ਨੂੰ ਛਕਾਉਣੇ ਆਖਰ ਉਹ ਆਪਣਾ ਕੰਮ ਕਰਦੇ ਹੋਏ ਗਰਮੀ 'ਚ ਪਿਆਸ ਦੇ ਨਾਲ बेहोश ਹੋ ਕੇ ਡਿੱਗ ਪਏ ਪਰ ਮਨ ਵਿੱਚ ਇੱਕੋ ਭਾਵਨਾ ਕਿ ਸਤਿਗੁਰੂ ਜੀ ਆਉਣਗੇ ਤੇ ਇਹ ਜਲ ਛਕਣਗੇ ਹੁਣ ਗੁਰੂ ਸਾਹਿਬ ਜੀ ਕਈ ਕੋਹ ਦੀ ਦੂਰੀ ਤੇ ਉੱਥੇ ਬੈਠੇ ਹੋਏ ਨੇ ਦੂਰ ਉਹ ਜਿਹੜੀਆਂ ਪਿਆਰ ਦੀਆਂ ਤੰਦਾਂ ਨੇ ਪਿਆਰ ਦੀਆਂ ਹਰ ਮਨੁੱਖ ਦੇ ਮਨ ਵਿੱਚ ਬਹੁਤ ਵੱਡੀ ਤਾਕਤ ਹੈ ਲੇਕਿਨ ਹਰ ਮਨੁੱਖ ਆਪਣੀ ਉਸ ਤਾਕਤ ਨੂੰ ਸਮਝਦਾ ਤੇ ਵਰਤਦਾ ਨਹੀਂ ਹੈ ਆ ਜਦੋਂ ਟੈਲੀਫੋਨ ਨਹੀਂ ਸੀ ਹੋਇਆ ਕਰਦੇ ਉਦੋਂ ਆਮ ਇਹ ਘਟਨਾਵਾਂ ਵਰਤਦੀਆਂ ਸਨ ਆਪਾਂ ਕਿਨੇ ਅੱਜ ਹੀ ਤੈਨੂੰ ਯਾਦ ਕੀਤਾ ਤੂੰ ਆ ਵੀ ਗਿਆ ਇਹ ਦਿਲਾਂ ਦੀ ਗੱਲ ਜਿਹੜੀ ਸੀ ਉਹ ਬੜੀ ਪਰਵਲ ਹੁੰਦੀ ਹੈ ਇਸ ਕਰਕੇ ਜਦੋਂ ਦਿਲੀ ਪਿਆਰ ਹੋਵੇ ਦਿਲੋਂ ਯਾਦ ਕੀਤਾ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਡਰੋਲੀ ਨਗਰ ਚ ਭਾਈ ਸਾਈ ਦਾਸ ਜੀ ਦੇ ਘਰ ਵਿੱਚ ਬੈਠੇ ਨੇ ਆਉਂ ਕਰਮੀਆਂ ਹੋਣ ਕਰਕੇ ਸਾਈ ਦਾਸ ਨੇ ਸਤਿਗੁਰ ਜੀ ਦੇ ਸੁੱਖਾਂ ਦੇ ਲਈ ਬੜੇ ਸਾਧਨ ਕੀਤੇ ਨੇ ਕਿ ਗਰਮੀ ਹੈ ਕਿਤੇ ਇਹਨਾਂ ਨੂੰ ਮਹਿਸੂਸ ਨਾ ਹੋਵੇ ਠੰਡੇ ਥਾਂ ਸਤਿਗੁਰ ਜੀ ਬੈਠੇ ਨੇ ਪਰ ਬੈਠੇ ਬੈਠੇ ਹੀ ਜਿਵੇਂ ਕੋਈ ਮਹਿਸੂਸ ਕਰਦਾ ਕਿ ਬੜੀ ਗਰਮੀ ਹੈ ਬੜੀ ਪਿਆਸ ਲੱਗੀ ਹੈ ਹਾਏ ਪਾਣੀ ਕਰਦੇ ਉੱਠੇ ਸਤਿਗੁਰੂ ਸੱਚੇ ਪਤਸਾ ਜੀ ਕਿਸੇ ਨੂੰ ਨਹੀਂ ਬੁਲਾਇਆ ਘੋੜੇ ਤੇ ਚੜ੍ਹੇ ਘੋੜਾ ਭਜਾਇਆ ਵਾਹੋਦਾਹੀ ਉਸ ਥਾਂ ਤੇ ਪਹੁੰਚ ਗਏ ਜਿੱਥੇ ਉਹ ਦੋਵੇਂ ਗੁਰੂ ਕੇ ਪਿਆਰੇ ਜਿਹੜੇ ਨੇ ਉਹ ਪਿਆਸ ਦੇ ਨਾਲ ਤੜਫਰੇ ਨੇ ਧਰਤੀ ਤੇ ਡਿਗੇ ਹੋਏ ਨੇ ਗੁਰੂ ਸਾਹਿਬ ਜੀ ਗਏ ਜਾ ਕੇ ਇਹਨਾਂ ਨੇ ਜਲ ਛਕਿਆ ਤੇ ਉਹਨੇ ਦੇ ਮੂੰਹ ਚ ਪਾਇਆ ਉਹਨਾਂ ਨੂੰ ਜ਼ਿੰਦਗੀ ਬਖਸ਼ਿਸ਼ ਕੀਤੀ ਇਹ ਪਿਆਰ ਦੀ ਖੇਚ ਹੈ ਘਟਨਾਵਾਂ ਵਾਪਰਦੀਆਂ ਨੇ ਵਾਪਰਦੀਆਂ ਰਹਿੰਦੀਆਂ ਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਰੱਬ ਦੇ ਜਿਹੜੇ ਪਿਆਰੇ ਨੇ ਕੋਈ ਸਮਾਂ ਹੁੰਦਾ ਹੈ ਕਿ ਰੱਬ ਨੂੰ ਬਨ ਕੇ ਕੋਲ ਬਿਠਾ ਲੈਂਦੇ ਨੇ ਤੇ ਬ੍ਰਹਮਾਤਮਾ ਕਹਿੰਦਾ ਕਿ ਮੈਂ ਜਵਾਬ ਨਹੀਂ ਦੇ ਸਕਦਾ ਪਾਪ ਇਸ ਬੰਧਨ ਤੋਂ ਮੁਕਤ ਨਹੀਂ ਹੋ ਸਕਦਾ ਪਿਆਰ ਇੰਨਾ ਪਰਬਲ ਹੈ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪਿਆਰ ਦੀ ਬੜੀ ਵਡਿਆਈ ਕੀਤੀ ਹੈ ਮੈਂ ਗੁਣ ਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਪਗਜੀ ਦੇ ਪਾਵਨ ਮੁਖ ਵਾਗ ਦੀਆਂ ਆਖਰੀ ਪੰਕਤੀਆਂ ਨੇ ਪ੍ਰਮਾਤਮਾ ਕਹਿੰਦਾ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੋ ਦਾਸ ਪਗਜੀ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਗੁਣਾ ਦਾ ਬੰਦਿਆ ਹੋਇਆ ਸਾਰੇ ਮਨੁੱਖਤਾ ਦਾ ਜੀਵਨ ਸਾਰੀ ਮਾਨਵਤਾ ਨੂੰ ਜੀਵਨ ਦੇਣ ਵਾਲਾ ਪਰ ਗੁਣਾ ਦਾ ਬੱਦਾ ਹੋਇਆ ਮੇਰੀ ਜੀਵਨ ਮੇਰੇ ਦਾਸ ਮੇਰਾ ਮੈਂ ਸਾਰਿਆਂ ਨੂੰ ਜ਼ਿੰਦਗੀ ਦਿੰਦਾ ਪਰ ਜੋ ਮੇਰੀ ਜ਼ਿੰਦਗੀ ਹੈ ਉਹ ਮੇਰੇ ਦਾਸ ਨਹੀਂ ਭਾਵੇਂ ਮੇਰੇ ਦਾਸਾਂ 'ਚ ਮੇਰੀ ਜ਼ਿੰਦਗੀ ਹੈ ਇਹ ਪ੍ਰਮਾਤਮਾ ਦੀ ਗੱਲ ਹੈ ਕਿ ਪ੍ਰਮਾਤਮਾ ਕਹਿੰਦਾ ਮੇਰੇ ਦਾਸਾਂ ਵਿੱਚ ਮੇਰੀ ਜ਼ਿੰਦਗੀ ਹੈ ਜੇ ਦਾਸਾਂ ਨੂੰ ਵਡਿਆਈ ਮਿਲਦੀ ਹੈ ਤੇ ਪ੍ਰਮਾਤਮਾ ਦੀ ਵਡਿਆਈ ਬਣਦੀ ਹੈ ਹਰ ਆਪਣੀ ਵਡਿਆਈ ਭਾਵੇਂ ਦੀ ਜਨਕਾ ਜੈਕਾਰ ਕਰਾਈ ਪ੍ਰਮਾਤਮਾ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਦਾ ਹੈ ਇਦੇ ਨਾਲ ਪਰਮਾਤਮਾ ਦੀ ਵਿੜਾਈ ਬਣਦੀ ਹੈ ਇੱਥੇ ਵੀ ਕਹਿੰਦੇ ਨੇ ਭਗਤ ਸਾਹਿਬ ਜੀ ਕਿ ਪਰਮਾਤਮਾ ਕਹਿੰਦਾ ਕਿ ਮੈਂ ਸਾਰੀ ਦੁਨੀਆ ਨੂੰ ਜੀਵਨ ਦਿੰਦਾ ਪਰ ਮੇਰਾ ਜੀਵਨ ਭਗਤਾਂ ਕਰਕੇ ਹੈ ਭਗਤਾਂ ਵਿੱਚ ਮੇਰੀ ਜ਼ਿੰਦਗੀ ਹੈ ਭਗਤਾਂ ਨੂੰ ਕਿੰਨਾ ਪਿਆਰ ਕੀਤਾ ਹੈ ਪਰਮਾਤਮਾ ਨੇ ਜਿੱਥੇ ਵੀ ਭਗਤਾਂ ਦੀ ਕੋਈ ਵਿਵਤਾ ਹੁੰਦੀ ਹੈ ਪਰਮਾਤਮਾ ਤੇ ਪਰਮਾਤ ਆਪਣੇ ਭਗਤਾਂ ਦੇ ਕੋਲ ਹੀ ਹੈ ਭਗਤਾਂ ਨੇ ਕਦੀ ਰੱਬ ਨੂੰ ਦੂਰ ਸਮਝਿਆ ਹੀ ਨਹੀਂ ਹੈ ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਕਹਿ ਰਵਿਦਾਸ ਹੱਥ ਪੈ ਨੇਰੇ ਸਹਜੇ ਹੋਏ ਸੋ ਹੋਈ ਉਹ ਭਾਈ ਪ੍ਰਮਾਤਮਾ ਤੇ ਸਾਡੇ ਹੱਥ ਨਾਲੋਂ ਵੀ ਨੇੜੇ ਐ ਹੱਥ ਸਾਡੇ ਸਰੀਰ ਦਾ ਉਹ ਅੰਗ ਹੈ ਕਿ ਜਦੋਂ ਸਰੀਰ ਤੇ ਕੋਈ ਬਿਵਪਤਾ ਆਏ ਪੀੜਾ ਆਏ ਚਟਾ ਹੱਥੋਤੇ ਪਹੁੰਚ ਜਾਂਦੇ ਪਰ ਕਹਿੰਦੇ ਹੱਥ ਜਾਂਦਿਆਂ ਕੋਈ ਸਮਾਂ ਅਜੇ ਲਗਾਏਗਾ ਹੋ ਸਕਦਾ ਨਾ ਵੀ ਜਾਏ ਲੇਕਿਨ ਪ੍ਰਮਾਤਮਾ ਹੱਥ ਨਾਲੋਂ ਵੀ ਨੇੜੇ ਐ ਪ੍ਰਮਾਤਮਾ ਸਾਡੇ ਅੰਗ ਸੰਗ ਐ ਅੰਦਰ ਬਾਹਰ ਬੈਠਾ ਹੋਇਆ ਐ ਤੇ ਭਗਤ ਜੀ ਕਹਿੰਦੇ ਪ੍ਰਮਾਤਮਾ ਕਹਿੰਦਾ ਕਿ ਮੇਰਾ ਜੀਵਨ ਮੇਰੇ ਦਾਸ ਨੇ ਮੈਂ ਗੁਨਾ ਦਾ ਬੱਧਾ ਹੋਇਆ ਹਾਂ ਨਾਮਦੇਵ ਜਾ ਕੇ ਜੀਐਸੀ ਤੈਸੋ ਤਾਂ ਕਹ ਪ੍ਰੇਮ ਪ੍ਰਗਾਸ ਭਗਤ ਜੀ ਕਹਿੰਦੇ ਕਿ ਜਿਸ ਮਨੁੱਖ ਦੇ ਮਨ ਵਿੱਚ ਇਹੋ ਜੀ ਭਾਵਨਾ ਹੈ ਕਿਹੜੀ ਭਾਵਨਾ ਪ੍ਰਮਾਤਮਾ ਦੇ ਪ੍ਰਤੀ ਪਿਆਰ ਪਰਮਾਤਮਾ ਗੁਣਾਂ ਦਾ ਬੱਧਾ ਹੋਇਆ ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਦਾ ਹੈ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਕੇਵਲ ਇਹ ਗੱਲ ਕਹੀ ਹੈ ਕਿ ਆਪਾਂ ਗੁਣ ਗਾਇਨ ਕਰੀਏ ਗੁਣ ਗ੍ਰਹਿਣ ਕਰੀਏ ਜਪਜੀ ਸਾਹਿਬ ਜੀ ਦੇ ਪਾਵਨ ਬਚਨ ਵਿਣ ਗੁਣ ਕੀਤੇ ਭਗਤ ਨਾ ਹੋਏ ਦੇਖੋ ਬਾਹਰੋਂ ਭੇਖ ਧਾਰਨ ਕਰਨਾ ਹੀ ਭਗਤੀ ਨਹੀਂ ਹੈ ਜਾਂ ਬਾਹਰੋਂ ਕੋ ਅਡੰਬਰ ਕਰ ਲੇ ਦਿਖਾਵਾ ਕਰ ਲੇ ਔਰ ਦਿਖਾਵੇ ਦੇ ਕਰਮ ਕਰ ਲੈ ਇਹ ਭਗਤੀ ਹੀ ਨਹੀਂ ਹੈ ਬਾਹਰੋਂ ਜੇ ਅੰਦਰ ਮਨੁੱਖ ਦੇ ਮਨ ਦੇ ਪਿਆਰ ਨਹੀਂ ਜੇ ਗੁਣ ਨਹੀਂ ਹੈ ਪਰਮਾਤਮਾ ਦੇ ਸਿਮਰਨ ਕਰਨ ਦਾ ਅਰਥ ਹੈ ਕਿ ਪਰਮਾਤਮਾ ਨੂੰ ਚੇਤੇ ਕਰਦਿਆਂ ਕਰਦੇ ਆ ਉਹ ਜਿਹੜੇ ਰੱਬ ਵਾਲੇ ਗੁਣ ਨੇ ਉਹ ਸਾਡੇ ਆਚਾਰ ਵਿਹਾਰ ਵਿੱਚ ਆ ਜਾਣ ਗੁਰਬਾਣੀ ਪੜਨ ਦਾ ਅਰਥ ਇਹ ਹੈ ਕਿ ਗੁਰਬਾਣੀ ਪੜਦੇ ਆ ਜੋ ਗੁਣ ਪਰਮਾਤਮਾ ਦੇ ਜੋ ਵਡਿਆਈਆਂ ਨੇ ਉਬਿਸਾਦੀ ਜ਼ਿੰਦਗੀ ਦਾ ਹਿੱਸਾ ਬਣ ਜਾ ਤੇ ਗੁਰਬਾਣੀ ਕਹਿੰਦੀ ਗੁਨਾਹ ਤੋਂ ਬਿਨਾ ਮਨੁੱਖ ਪਰਮਾਤਮਾ ਨੂੰ ਕਦੀ ਪ੍ਰਸੰਨ ਨਹੀਂ ਕਰ ਸਕਦਾ ਇਸ ਕਰਕੇ ਉਹ ਗੁਣ ਪਰਮਾਤਮਾ ਦੇ ਗੁਣ ਗਾਇਆ ਆਉਣਗੇ ਗੁਰਬਾਣੀ ਵਿੱਚ ਸਤਗੁਰੂ ਜੀ ਨੇ ਵਾਰ-ਵਾਰ ਗੁਣ ਗ੍ਰਹਿਣ ਕਰਨ ਦੀ ਗੱਲ ਕੀਤੀ ਹੈ ਸਤਗੁਰੂ ਜੀ ਦਾ ਬਚਨ ਹੈ ਕਿ ਸਾਂਝ ਕੀ ਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ ਅਵਗਣ ਜਿਹੜੇ ਨੇ ਇਹ ਮਨੁੱਖ ਦੀ ਜ਼ਿੰਦਗੀ ਚ ਬੰਧਨ ਨੇ ਗੁਣ ਜਿਹੜੇ ਨੇ ਇਹ ਬੰਦਨਾ ਨੂੰ ਖੱਟਦੇ ਨੇ ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰ ਜਿਨੇ ਔਗਣ ਨੇ ਇਹ ਸਾਡੇ ਗਲ ਵਿੱਚ ਜ਼ੰਜੀਰਾਂ ਪਈਆਂ ਹੋਈਆਂ ਨੇ ਔਗਣਾ ਕਰਕੇ ਅਸੀਂ ਦੁਖੀ ਹਾਂ ਤੇ ਜਦੋਂ ਅਸੀਂ ਗੁਣ ਗ੍ਰਹਿਣ ਕਰਦੇ ਹਾਂ ਦੇਖੋ ਰੱਬੀ ਗੁਣ ਤੇ ਬਹੁਤ ਹੀ ਵੱਡੀ ਗੱਲ ਐ ਬੜੀ ਮਹਾਨ ਗੱਲ ਐ ਜਦੋਂ ਕੋ ਮਨੁੱਖ ਰੱਬੀ ਗੁਣਾ ਵਾਲਾ ਬਣ ਜਾਏ ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋ ਅੰਤਰ ਹੀ ਨਹੀਂ ਰਹਿ ਜਾਂਦਾ ਉਹ ਰੱਬ ਦਾ ਰੂਹ ਬਣ ਜਾਂਦਾ ਲੇਕਿਨ ਦੁਨਿਆਵੀ ਤੌਰ ਤੇ ਵੀ ਕੋਈ ਹੋਣਰ ਕੋ ਗੁਣ ਮਨੁੱਖ ਦੇ ਕੋਲ ਆਏ ਨਾ ਦੇਖੋ ਦੀ ਕਿੰਨੀ ਕਦਰ ਹੁੰਦੀ ਹੈ ਕਿਸੇ ਕੋਲ ਟੈਕਨੀਕਲੀ ਕੋ ਗੁਣ ਆ ਜਾਏ ਹੋਣਰ ਆ ਜਾਏ ਇਸੇ ਕਰਕੇ ਸਹਿਬ ਜੀ ਕਹਿੰਦੇ ਕਿ ਆਪਾਂ ਜ਼ਿੰਦਗੀ ਅੰਦਰ ਗੁਣ ਗ੍ਰਹਿਣ ਕਰੀਏ ਗੁਣਾਂ ਦੇ ਗਾਹਕ ਬਣੀਏ ਜਿਉਂ-ਜਿਉਂ ਗੁਣ ਆਉਣਗੇ ਤਿਉਂ ਤੋਂ ਅਸੀਂ ਜ਼ਿੰਦਗੀ 'ਚ ਉੱਚੇ ਉੱਠਾਂਗੇ ਅਮੀਰ ਬਣਾਂਗੇ ਧਨ ਨਾਲ ਕੋਈ ਅਮੀਰ ਨਹੀਂ ਬਣਦਾ ਅਮੀਰ ਬਣਦਾ ਗੁਣਾਂ ਦੇ ਨਾਲ ਜਿਸ ਮਨੁੱਖ ਦੇ ਕੋਲ ਗੁਣ ਨੇ ਉਹ ਤੇ ਜਿੱਥੇ ਚੱਲਿਆ ਜਾਏ ਤੁਹਾਨੂੰ ਦੀ ਮਗਰਮਗਰੀ ਤੁਰਿਆ ਫਿਰਦਾ ਉਹਨੂੰ ਧੰਨ ਦੀ ਕੋਈ ਚਿੰਤਾ ਨਹੀਂ ਰਹਿ ਜਾਂਦੀ ਇਸ ਕਰਕੇ ਗੁਰਬਾਣੀ ਨੇ ਸਾਨੂੰ ਗੁਣ ਗ੍ਰਹਿਣ ਕਰਨ ਦੀ ਗੱਲ ਕੀਤੀ ਹੈ ਅਸੀਂ ਜਿੱਥੇ ਜਾਈਏ ਗੁਣ ਗ੍ਰਹਿਣ ਕਰੀਏ ਪਰਮਾਤਮਾ ਦੇ ਗੁਣ ਗਾਉਣ ਦੀ ਗੱਲ ਕੀਤੀ ਹੈ ਕਿਤੇ ਨਹੀਂ ਕਿਹਾ ਕਿ ਅੱਖਾਂ ਮੀਟ ਕੇ ਬੈਠੀਏ ਜਾਂ ਕਿਤੇ ਨਹਾਈ ਜਾਈਏ ਜਾਂ ਕਿਤੇ ਐਵੇਂ ਇਧਰ ਉਧਰ ਗੇੜੀਆਂ ਮਾਰੀ ਜਾਈਏ ਕਿਤੇ ਨਹੀਂ ਕਿਹਾ ਗੁਰਮਤ ਨੇ ਨਾਂ ਹੋਰ ਕਿਤੇ ਖਰਚ ਖਰਚਾ ਦੀ ਗੱਲ ਵੀ ਨਹੀਂ ਕਹੀ ਕਿ ਵੱਡੇ ਵੱਡੇ ਤੁਸੀਂ ਜੱਗ ਤਪ ਕਰੋਗੇ ਤੇ ਫਿਰ ਰੱਬ ਮਿਲੇਗਾ ਗੁਰਬਾਣੀ ਕਹਿੰਦੀ ਪਰਮਾਤਮਾ ਦੇ ਗੁਣ ਗਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਪਾਵਨ ਬਚਨ ਪੜ੍ਹਦੇ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਜੇ ਅਸੀਂ ਪਰਮਾਤਮਾ ਦੇ ਗੁਣ ਨਹੀਂ ਗਾਏ ਤੇ ਸਾਡੀ ਤੇ ਜ਼ਿੰਦਗੀ ਆਕਾਰ ਚਲੀ ਜਾਏਗੀ ਸਾਦੋ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਅਮੋਰਕ ਪਾਇਆ ਬਿਰਥ ਕਾਹੀ ਗਵਾਵੋ ਪਾਈ ਪਰਖੋ ਪ੍ਰਮਾਤਮਾ ਦੇ ਗੁਣ ਗਾਓ ਗੁਣ ਗਾਉਣ ਦਾ ਅਰਥ ਹੈ ਕਿ ਉਸ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਿਆਂ ਉਹਦੇ ਗੁਣਾਂ ਨੂੰ ਚੇਤੇ ਕਰਨਾ ਗੁਣ ਗਾਉਣ ਦਾ ਅਰਥ ਹੁੰਦਾ ਹੈ ਉਹਦੇ ਪਰਉਪਕਾਰਾਂ ਲਈ ਉਹਦਾ ਧੰਨਵਾਦ ਕਰਨਾ ਉਹਦੀ ਵਾਰ-ਵਾਰ ਸ਼ੁਕਰਾਨਾ ਕਰਨਾ ਇਸ ਕਰਕੇ ਸਾਇਬ ਕਹਿੰਨੇ ਕਿ ਪ੍ਰਮਾਤਮਾ ਕਿੰਨਾ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਭਈ ਮੈਂ ਗੁਣਾ ਦਾ ਵਜਾ ਹੋਇਆ ਹਾਂ ਔਰ ਸਾਰਿਆਂ ਦਾ ਜੀਵਨ ਹਾਂ ਸਾਰਿਆਂ ਨੂੰ ਜੀਵਨ ਦੇਣ ਵਾਲਾ ਪਰ ਮੇਰਾ ਜੀਵਨ ਮੇਰੇ ਦਾਸ ਨੇ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਂ ਕੇ ਰੇ ਪ੍ਰੇਮ ਪ੍ਰਗਾਸ ਭਗਤ ਸਾਹਿਬ ਜੀ ਕਹਿੰਦੇ ਕਿ ਜਿਸ ਮਨੁੱਖ ਦੇ ਮਨ ਦੀ ਇਹ ਭਾਵਨਾ ਹੈ ਪਾਵ ਉਹ ਗੁਣਾ ਦਾ ਗਾਖ ਹੈ ਪ੍ਰਮਾਤਮਾ ਨੂੰ ਪਿਆਰ ਕਰਦਾ ਜਿੱਦਾਂ ਦੀ ਭਾਵਨਾ ਹੈ ਉਦਾਂ ਦੀ ਉਸ ਮਨੁੱਖ ਦੀ ਅਵਸਥਾ ਬਣ ਜਾਂਦੀ ਹੈ ਜੇ ਹਿਰਦੇ ਵਿੱਚ ਰੱਬ ਦੀ ਬੰਦਗੀ ਕਰਦਿਆਂ ਰੱਬ ਦੇ ਗੁਣ ਆ ਗਏ ਤੇ ਮਨੁੱਖ ਅੰਦਰੋਂ ਰੱਬ ਵਰਗਾ ਬਣ ਜਾਂਦਾ ਹੈ ਰੱਬ ਵਰਗੇ ਬਣਨ ਤੋਂ ਅਰਥ ਮਨੁੱਖ ਦਾ ਸੁਭਾਅ ਰੱਬ ਵਰਗਾ ਬਣ ਜਾਂਦਾ ਹੈ ਇਸ ਕਰਕੇ ਗੁਰਬਾਣੀ ਕਹਿੰਦੀ ਅਸੀਂ ਆਏ ਤਾਂ ਰੱਬ ਵਰਗੇ ਬਣਦੇ ਲਈ ਆ ਪਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਗੋਬਿੰਦ ਨੂੰ ਮਿਲਣ ਦੀ ਜ਼ਿੰਦਗੀ ਮਿਲੀ ਹੈ ਗੋਬਿੰਦ ਨੂੰ ਮਿਲਣ ਦਾ ਤਰੀਕਾ ਹੈ ਪਰਮਾਤਮਾ ਦੇ ਗੁਣ ਗਾਈਏ ਪਰਮਾਤਮਾ ਦੀ ਕੀਰਤੀ ਕਰੀਏ ਪਰਮਾਤਮਾ ਦੀ ਸਿਵਸਲਾਹ ਕਰੀਏ ਭਗਤ ਜਨਾਂ ਨੇ ਕੇਵਲ ਪਰਮਾਤਮਾ ਦੀ ਕੀਰਤੀ ਕੀਤੀ ਹੈ। ਬਾਬਾ ਨਾਮਦੇਵ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਕਿ ਨਾਮ ਦੇ ਸਿਮਰਨ ਕਰ ਜਾਣਾ, ਜਗ ਜੀਵਨ ਸਿਓ ਜੀਓ ਸਮਾਨਾ। ਸਫਰ ਜਨਮ ਮੋਕੋ ਗੁਰ ਕੀਨਾ। ਸਤਿਗੁਰ ਜੀ ਭਗਤ ਜੀ ਕਹਿੰਦੇ ਨੇ ਕਿ ਨਾਮਦੇਵ ਨੇ ਪਰਮਾਤਮਾ ਨੂੰ ਸਿਮਰਨ ਕਰਕੇ ਜਾਣਿਆ, ਉਹਦੇ ਗੁਣ ਗਾ ਕੇ ਜਾਣਿਆ ਹੈ। ਗਿਆਨ ਅੰਜਨ ਮੋਕੋ ਗੁਰ ਦੀਨਾ। ਮੇਰਾ ਤੇ ਗੁਰੂ ਨੇ ਜੀਵਨ ਸਫਲ ਕਰ ਦਿੱਤਾ ਮੈਨੂੰ ਗਿਆਨ ਦੇ ਦਿੱਤਾ ਸੋਝੀ ਦੇ ਦਿੱਤੀ ਮੈਂ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਪਿਆ ਪ੍ਰਮਾਤਮਾ ਦੀ ਕੀਰਤੀ ਕਰਨ ਲੱਗ ਪਿਆ ਹੁਣ ਗੁਰਬਾਣੀ ਦੇ ਅੰਦਰ ਵਾਰ-ਵਾਰ ਉਹਨਾਂ ਦੇ ਬਚਨ ਜਿਹੜੇ ਪੜ੍ਹਦੇ ਆਂ ਜਿਉਂ-ਜਿਉਂ ਨਾਮ ਹਰ ਗੁਣ ਉਚਰੇ ਭਗਤ ਜਨਾਂ ਕਾ ਦੇਹੁਰਾ ਫਿਰੇ ਭਗਤ ਜੀ ਕੋਈ ਅੱਖਾਂ ਮੀਟ ਕੇ ਨਹੀਂ ਬੈਠੋਏ ਭਗਤ ਜੀ ਤੇ ਰੱਬ ਦੇ ਗੁਣਾਂ ਦੀ ਗੱਲ ਕਰ ਰਹੇ ਨੇ ਹਰੀ ਦੇ ਗੁਣ ਉਚਾਰਨ ਕਰਦੇ ਨੇ ਜਿਉ ਜਿਉ ਉਹ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਭਗਤ ਜਨਾ ਕਾ ਦੇਹੁਰਾ ਫਿਰੇ ਉਹ ਜਿਨ੍ਹਾਂ ਨੇ ਭਗਤ ਜੀ ਨੂੰ ਦੇਹੁਰੇ ਚੋਂ ਕੱਢ ਦਿੱਤਾ ਸੀ ਜੋ ਭਗਤ ਜੀ ਨੇ ਅੰਕਤ ਕੀਤੀ ਘਟਨਾ ਕਿ ਹਾਸ ਖੇਲ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਹਿਨਰੀ ਜਾਤ ਮਰੀ ਜਾਦਮ ਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਲੈ ਕਮੜੀ ਚਲਿਓ ਪਲਟਾਇ ਦੇਹੁਰੇ ਪਾਛੇ ਬੈਠਾ ਜਾਏ ਜਿਉ ਜਿਉ ਨਾਮ ਹਰ ਗੁਣ ਉਚਰੇ ਭਗਜਨਾ ਕਾ ਦੇਹੁਰਾ ਫਿਰੇ ਉਹ ਭਗਤ ਜੀ ਜਿਉਂ-ਜਿਉਂ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਤੇ ਜਿੰਨੇ ਲੋਕ ਉੱਥੇ ਬੈਠੇ ਸਨ ਜਿਹੜੇ ਦੇਹਰੇ ਜਾਂਦੇ ਉਹ ਭਗਤ ਜੀ ਦੇ ਕੋਲ ਜਾ ਕੇ ਬੈਠ ਗਏ ਦੇਹਰਾ ਫਿਰਨ ਦਾ ਅਰਥ ਇਹ ਨਹੀਂ ਕੋਈ ਬਿਲਡਿੰਗ ਹੀ ਕੋ ਮੰਗੀ ਹੈ ਅਸੀਂ ਕਰਾਮਾਤਕ ਸ਼ਕਤੀਆਂ ਨੂੰ ਕਹਿ ਕੇ ਸੋਚਦੇ ਕਿ ਸਾਇਦ ਇਹਦੇ ਨਾਲ ਕੋ ਬਹੁਤ ਅਸੀਂ ਵੱਡੀ ਗੱਲ ਕਰ ਰਹੇ ਹੁੰਨੇ ਆ ਦੇਹਰਾ ਫਿਰਨ ਦਾ ਅਰਥ ਹੈ ਕਿ ਜਿਹੜੇ ਲੋਕ ਦੇਹਰੇ ਚ ਆਏ ਸਨ ਉਹ ਭਗਤ ਜੀ ਦੇ ਕੋਲ ਇਕੱਠੇ ਹੋ ਗਏ ਸਾਰੇ ਭਗਤ ਜੀ ਦੇ ਸਤਸੰਗੀ ਬਣ ਗਏ ਭਗਤ ਜੀ ਨੂੰ ਪਿਆਰ ਕਰਨ ਲੱਗ ਪਏ ਕਿੱਥੇ ਪੰਡਤਾਂ ਨੇ ਅੰਦਰ ਨਹੀਂ ਮੰਨ ਦਿੱਤਾ ਕਿੱਥੇ ਭਗਤ ਜੀ ਆ ਬਾਹਰ ਬੈਠੇ ਤੇ ਸਾਰੀ ਦੁਨੀਆ ਉਹਨਾਂ ਦੇ ਕੋਲ ਜੁੜ ਕੇ ਆ ਗਈ ਭਗਤਾਂ ਦਾ ਤੇ ਦਿਹਰਾ ਹੀ ਖਾਲੀ ਹੋ ਗਿਆ ਇਸ ਕਰਕੇ ਉਹ ਇੱਕ ਕਾਰਨ ਸੀ ਕਿ ਭਗਤ ਜੀ ਪਰਮਾਤਮਾ ਦੇ ਗੁਣ ਗਾਉਂਦੇ ਸਨ ਭਗਤ ਜੀ ਨੇ ਸੁਮੱਚੀ ਬਾਣੀ ਰਾਹੀਂ ਰੱਬ ਦੀ ਬੰਦਗੀ ਵਿੱਚ ਜੁੜਨ ਦੀ ਗੱਲ ਕਹੀ ਹੈ ਪ੍ਰਬੋਧ ਦੀ ਸਿਮਰਨ ਦੀ ਗੱਲ ਕਹੀ ਹੈ ਕਿੰਨੇ ਸੋਹਣੇ ਬਚਨ ਕਿ ਹੱਥ ਪਾਉ ਕਰ ਨਾਮਾ ਕਹੇ ਤਿ ਲੋਚਨਾ ਮੁਖ ਤੇ ਰਾਮ ਸਮਾਧ ਹੱਥ ਪਾਉ ਕਰ ਕਾਮ ਸਭ ਚੇਤ ਨਿਰੰਜਨ ਨਾਲ ਕਿ ਭਾਈ ਹੱਥਾਂ ਪੈਰਾਂ ਨਾਲ ਕਿਰਤ ਕਰੋ ਪਰ ਚੇਤ ਨਾਲ ਪ੍ਰਮਾਤਮਾ ਦੇ गुण गाਓ ਪ੍ਰਮਾਤਮਾ ਦੀ ਕੀਰਤੀ ਕਰੋ ਭਗਤ ਸਾਹਿਬ ਜੀ ਇਸ ਮੁਖ ਵਾਕ ਦੇ ਰਾਹੀ ਸਾਨੂੰ ਰੱਬੀ ਪਿਆਰਿਆਂ ਦਾ ਤੇ ਰੱਬ ਦਾ ਜੋ ਆਪਸੀ ਰਿਸ਼ਤਾ ਹੈ ਉਹਦੀ ਗੱਲ ਕਰਦੇ ਆ ਕਿ ਪ੍ਰਮਾਤਮਾ ਕਹਿੰਨੇ ਕਿ ਦਾਸ ਜਿਹੜੇ ਉਹ ਮੇਰਾ ਹੀ ਰੂਪ ਹੁੰਦੇ ਨੇ ਰੱਬ ਦੇ ਦਾਸਾਂ ਦੇ ਦਰਸ਼ਨ ਉਹਨਾਂ ਦੀ ਸੰਗਤ ਜਿਹੜੀ ਹੈ ਉਹ ਮਨੁੱਖ ਦੀ ਜ਼ਿੰਦਗੀ ਚੋਂ ਤਿੰਨਾ ਤਪ ਨੂੰ ਮਿਟਣ ਦੇ ਸਮਰੱਥ ਹੈ ਮਨੋਖ ਨੂੰ ਮੋਹ ਮਾਇਆ ਦੇ ਬੰਧਨ ਤੋਂ ਮੁਕਤ ਕਰਨ ਦੇ ਸਮਰੱਥ ਹੈ ਉਹਨਾਂ ਦੀ ਸੰਗਤ ਦੇ ਵਿੱਚ ਬੈਠਣ ਦੀ ਗੱਲ ਗੁਰਬਾਣੀ ਚ ਵਾਰ-ਵਾਰ ਸਤਗੁਰੂ ਜੀ ਨੇ ਕੀਤੀ ਹੈ ਕਿ ਅਪਰ ਅਭੀ ਪਿਆਰਿਆਂ ਦੀ ਸੰਗਤ ਵਿੱਚ ਬੈਠੀਏ ਸੰਗਤ ਦਾ ਅਰਥ ਹੁੰਦਾ ਹੈ ਇੱਕ ਤੇ ਨਾਮ ਦੀ ਗੱਲ ਹੈ ਗੁਰਬਾਣੀ ਅੰਦਰ ਬਾਣੀ ਦੀ ਗੱਲ ਹੈ ਇੱਕ ਹੈ ਸੰਗਤ ਦੀ ਗੱਲ ਨਾਮ ਦੀ ਵਿਚਾਰ ਧਾਰ ਵਾਲਾ ਜਿਹੜੇ ਲੋਕ ਨੇ ਜਿਨ੍ਹਾਂ ਦੀ ਨਾਮ ਵਾਲੀ ਵਿਚਾਰਤਾ ਰਹਿ ਸੋਚ ਨਾਮ ਵਾਲੀ ਹੈ ਉਹਨਾਂ ਦੇ ਕੋਲ ਬੈਠਣ ਨੂੰ ਸਤਸੰਗਤ ਕਿਹਾ ਹੈ ਕੇਵਲ ਮਨੁੱਖਾਂ ਦੇ ਇਕੱਠ ਨੂੰ ਸਤ ਸੰਗਤ ਨਹੀਂ ਗਿਆ ਸਤ ਸੰਗਤ ਦਾ ਅਰਥ ਇਹ ਹੈ ਜਿੱਥੇ ਰੱਬ ਦੀ ਵਿਚਾਰ ਧਾਰਾ ਵਾਲੇ ਲੋਕ ਜਾਂ ਸੱਚ ਦੀ ਵਿਚਾਰ ਧਾਰਾ ਵਾਲੇ ਲੋਕ ਬੈਠੇ ਨੇ ਉਹਨਾਂ ਕੋਲ ਬੈਠਣਾ ਉਹਨਾਂ ਕੋਲ ਬੈਠਿਆ ਕੀ ਹੋਏਗਾ ਅਸੀਂ ਦੁੱਖਾਂ ਤੋਂ ਮੁਕਤ ਹੋਵਾਂਗੇ ਬੰਦਨ ਕਦੋਂ ਪੈਂਦੇ ਨੇ ਜਦੋਂ ਅਸੀਂ ਮਾੜੀ ਸੰਗਤ 'ਚ ਜਾਂਦੇ ਆ ਔਗਣ ਆ ਜਾਂਦੇ ਨੇ ਬੰਦਾ ਗਲਤ ਪਾਸੇ ਪੈ ਜਾਂਦਾ ਹੈ ਉਦੋਂ ਦੁੱਖਾਂ ਦੀ ਗੱਲ ਸ਼ੁਰੂ ਹੋ ਜਾਂਦੀ ਬੰਦਾ ਔਗਣਾਂ 'ਚ ਜਕੜਿਆ ਜਾਂਦਾ ਹੈ ਅਪਾ ਦੇਖਦੇ ਆਂ ਸਮਾਜਿਕ ਤੌਰ ਤੇ ਬਹੁਤ ਸਾਰੇ ਪ੍ਰਾਣੀ ਮਾੜੀ ਸੁਸਾਇਟੀ ਚ ਜਾ ਉਹਨਾਂ ਨੂੰ ਕੁ ਸੰਗਤ ਮਿਲ ਗਈ ਉਹ ਇਹੋ ਜੇ ਔਗਣਾਂਸ ਫਸ ਜਾਂਦੇ ਨੇ ਨਿਗਲਣਾ ਔਖਾ ਹੋ ਜਾਂਦਾ ਤੇ ਇਹਨਾਂ ਔਗਣਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਉਹ ਰੱਬੀ ਪਿਆਰੇ ਦੀ ਸੰਗਤ ਉਹਨਾਂ ਦੇ ਦਰਸ਼ਨ ਬਾਬਾ ਕਬੀਰ ਸਾਹਿਬ ਜੀ ਨੇ ਕਹਿਆ ਸੀ ਏਕ ਘੜੀ ਆਧੀ ਘੜੀ ਆਧੀ ਹੁੰਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋਲਾਬ ਅੱਧੀ ਤੋਂ ਅੱਧੀ ਘੜੀ ਵੀ ਜੇ ਅਸੀਂ ਬੈਠ ਜਾਈਏ ਨਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜੋ ਕਿੰਨੇ ਸੋਲਾਬ ਜਿੰਨਾ ਸਮਾਂ ਵੀ ਬੈਠਾਂਗੇ ਸਾਨੂੰ ਓਨਾ ਹੀ ਲਾਭ ਮਿਲੇਗਾ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਤੇ ਭਗਤ ਜੀ ਨੇ ਵੀ ਇੱਥੇ ਜਿੱਥੇ ਰੱਬ ਦੀ ਚਰਚਾ ਕੀਤੀ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਣ ਦੀ ਗੱਲ ਕੀਤੀ ਹੈ ਉਹਨਾਂ ਦੇ ਦਰਸ਼ਨ ਪਰਸੰਨ ਦੀ ਗੱਲ ਕੀਤੀ ਪਾ ਉਹਨਾਂ ਦੇ ਬਚਨ ਨੂੰ ਆਪਣੀ ਸੁਰਤ ਵਿੱਚ ਵਸਾਉਣ ਦੀ ਗੱਲ ਕੀਤੀ ਹੈ ਰੱਬ ਦੇ ਪਿਆਰੇ ਇੰਨੇ ਮਹਾਨ ਹੁੰਦੇ ਨੇ ਦੇਖੋ ਆਮ ਲੋਕ ਕੀ ਤੀਰਥਾਂ ਤੇ ਜਾਂਦੇ ਨੇ ਤੀਰਥਾਂ ਤੇ ਜਾਣ ਦਾ ਮਕਸਦ ਹੁੰਦਾ ਕਿ ਸ਼ਾਇਦ ਉੱਥੇ ਸਾਨੂੰ ਕੋਈ ਮੁਕਤੀ ਮਿਲ ਜਾਏ ਸਾਨੂੰ ਉੱਥੋਂ ਸੁੱਖ ਮਿਲ ਜਾਏ ਤੇ ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬੜਾ ਇਨਕਲਾਬੀ ਬਚਨ ਕਿਹਾ ਕਹੇ ਕਬੀਰ ਹਉ ਭਿਆ ਉਦਾਸ ਤੀਰਥ ਵੱਡਾ ਕਿ ਹਰਿ ਕਾ ਦਾਸ ਕਿ ਤੀਰਥ ਵੱਡਾ ਕਿ ਰੱਬ ਦਾ ਦਾਸ ਵੱਡਾ ਹੁਣ ਰੱਬ ਦਾ ਦਾਸ ਜਿੱਥੇ ਬੈਠ ਜਾਏ ਉੱਥੇ ਤੀਰਥ ਬਣ ਜਾਂਦਾ ਇਹਦਾ ਮਤਲਬ ਕਿ ਰੱਬ ਦਾ ਦਾਸ ਹੀ ਵੱਡਾ ਹੋਇਆ ਨਾ ਇਹ ਤੀਰਥ ਜੇ ਬਣੇ ਨੇ ਇੱਥੇ ਕਦੀ ਰੱਬ ਦੇ ਦਾਸ ਗਏ ਨੇ ਤੇ ਬਜਾਏ ਇਹ ਦੇ ਕਿ ਅਸੀਂ ਤੀਰਥਾਂ ਤੇ ਜਾਈਏ 사ਦਗੋਜੀ ਕਿੰਨੇ ਸੀ ਰੱਬ ਦੇ ਪਿਆਰਿਆਂ ਦੀ ਸੰਗਤੀ ਕਰ ਲਈਏ ਗੁਰਬਾਣੀ ਨੇ ਸਤ ਸੰਗਤ ਨੂੰ ਤੀਰਥ ਕਿਹਾ ਗੁਰਬਾਣੀ ਨੇ ਨਾਮ ਨੂੰ ਤੀਰਥ ਕਿਹਾ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਸ ਕਰਕੇ ਰੱਬ ਦੇ ਪਿਆਰੇ ਵੱਡੇ ਨੇ ਤੀਰਥਾਂ ਨਾਲੋਂ ਜਿਨ੍ਹਾਂ ਤੀਰਥਾਂ ਤੇ ਦੁਨੀਆ ਜਾਂਦੀ ਹੈ ਉਹ ਤੀਰਥੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਨੂੰ ਲੋਚਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਪਵਿੱਤਰ ਬਚਨ ਹੈ ਗੰਗਾ ਜਮਨਾ ਗੋਦਾਵਰੀ ਸੋ ਸੋਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈ ਅਜਨੀਆਂ ਨਦੀਆਂ ਜਿਨ੍ਹਾਂ ਨੂੰ ਲੋਕੀ ਤੀਰਥ ਗਿਣਦੇ ਨੇ ਪਵਿੱਤਰ ਗਿਣਦੇ ਨੇ ਕਿੰਦੇ ਤੇ ਸਾਧੂ ਪੁਰਖਾਂ ਦੀ ਚਰਨ ਧੂੜੀ ਲਈ ਤਰਸਦੀਆਂ ਰਹਿੰਦੀਆਂ ਨੇ ਉਹਦਾ ਕਾਰਨ ਇਹ ਉਹ ਕਹਿੰਦੀਆਂ ਨੇ ਕਿ ਹੋਰ ਦੁਨਿਆਵੀ ਲੋਕਾਂ ਨੇ ਤੇ ਇੱਥੇ ਨਾ ਨਾ ਕੇ ਬੜੀ ਗੰਦਗੀ ਪਾਈ ਹੈ ਬੜੇ ਪਾਪ ਛੁੱਟੇ ਨੇ ਦੇਖੋ ਰੱਬ ਦਾ ਪਿਆਰਾ ਆਏਗਾ ਉਹ ਸਾਡੀ ਇਸ ਮੈਲ ਨੂੰ ਕੱਟੇਗਾ ਦੁਨਿਆਵੀ ਲੋਕ ਤੀਰਥਾਂ ਤੇ ਵੀ ਜਾਂਦੇ ਨੇ ਤੇ ਤੀਰਥਾਂ ਤੇ ਜਾ ਕੇ ਆਪਾਂ ਦੇਖਦੇ ਹਾਂ ਕੀ ਹਾਲ ਕੀਤਾ ਹੈ ਤੀਰਥਾਂ ਦਾ ਬੜੇ ਬੜੇ ਪਵਿੱਤਰ ਅਸਥਾਨ ਨੇ ਤੁਸੀਂ ਜਾ ਕੇ ਦੇਖੋ ਉੱਥੋਂ ਦੇ ਸਰੋਵਰ ਦੇਖੋ ਨਾ ਗੰਦਗੀ ਭਰੀ ਪਈ ਐ ਦਰਿਆ ਦੇਖੋ ਰੱਬ ਨੇ ਇਹ ਦਰਿਆ ਵਧੀਆ ਬਣਾਏ ਨੇ ਦੇਖੋ ਗੰਗਾ ਨਿਕਲਦੀ ਜਦੋਂ ਪਹਾੜ ਚੋਂ ਕਿੰਨਾ ਪਵਿੱਤਰੋ ਦਾ ਜਲ ਹੁੰਦਾ ਜਮਨਾ ਨਿਕਲਦੀ ਕਿਤੇ ਦੇਖੋ ਕਿੰਨਾ ਸੋਹਣਾ ਦਾ ਨੀਲਾ ਜਿਹਾ ਪਾਣੀ ਹੁੰਦਾ ਹੈ ਲੇਕਿਨ ਜਦੋਂ ਸ਼ਰਧਾਲੂ ਨਹਾਉਂਦੇ ਨੇ ਉਹਦੇ ਚ ਆ ਕੇ ਹਰਦਵਾਰ ਤੋ ਅੱਗੇ ਜਾ ਕੇ ਦੇਖ ਲਓ ਤੁਸੀਂ ਗੰਗਾ ਦਾ ਹਾਲ ਜਿਨੂੰ ਗੰਗਾ ਨੂੰ ਤੀਰਥ ਗਿਣਦੇ ਨੇ ਲੋਕ ਜਿੱਤੇ ਪ੍ਰਤੀ ਬੜੀ ਵੱਡੀ ਭਾਵਨਾ ਹੈ ਲੋਕਾਂ ਦੀ ਸ਼ਰਧਾ ਹੈ ਲੋਕਾਂ ਦੀ ਗੰਗਾ ਦੇ ਨਾਲ ਕਈ ਸੰਸਕਾਰ ਜੁੜੇ ਨੇ Hindu ਵੀਰਾਂ ਦੇ ਉਹ ਗੰਗਾ ਦਾ ਪਾਣੀ ਇੰਨਾ ਗੰਧਲਾ ਕਰ ਦਿੱਤਾ ਇਹੋ ਜਿਹਾ ਕਰ ਦਿੱਤਾ ਕਿ ਜਿਹੜਾ ਗ੍ਰੀਨ ਟ੍ਰਿਬਿਊਨਲ ਹੈ ਨਾ ਉਹਨੇ ਉੱਚੇਚੇ ਤੌਰ ਤੇ ਇੱਕ ਵਾਰ ਲਿਖ ਕੇ ਲਾ ਦਿੱਤਾ ਹਰਦਵਾਰ ਤੋਂ ਲੈ ਕੇ ਉਨਾਓ ਤੱਕ ਕਿ ਇੱਥੇ ਨਹਾਉਣਾ ਤੇ ਪਾਣੀ ਪੀਣਾ ਸਿਹਤ ਲਈ ਘਾਤਕ ਹੈ ਇਹਦਾ ਮੈਂ ਤੁਹਾਨੂੰ ਕਹਿੰਦਾ ਕਿ ਇਹ ਰੱਬ ਨੇ ਤਾਂ ਨਹੀਂ ਕੀਤਾ ਕਿੰਨੇ ਕੀਤੇ ਦੁਨਿਆਵੀ ਲੋਗਾ ਨੇ ਦੁਨਿਆਵੀ ਲੋਗਾ ਨੇ ਤੇ ਤੀਰਥਾਂ ਨੂੰ ਵੀ ਜਿਹੜਾ ਸੀ ਖਰਾਬ ਕਰ ਦਿੱਤਾ ਇਸ ਕਰਕੇ ਰੱਬ ਦੇ ਪਿਆਰੇ ਉੱਥੇ ਜਾਣ ਉਹਦਾ ਅਰਥ ਇਹ ਹੈ ਕਿ ਰੱਬ ਦੇ ਪਿਆਰੇ ਜਾ ਕੇ ਉੱਥੇ ਲੋਕਾਂ ਨੂੰ ਸਮਝਾਉਂਦੇ ਨੇ ਰੱਬ ਦੇ ਪਿਆਰੇ ਜਾ ਕੇ ਨਾਮ ਜਪਣ ਦੀ ਗੱਲ ਕਰਦੇ ਨੇ ਰੱਬ ਦੇ ਪਿਆਰੇ ਜਾ ਕੇ ਉੱਥੇ ਲੋਕਾਂ ਨੂੰ ਗੰਦਗੀ ਪਾਉਣ ਤੋਂ ਵਰਜਦੇ ਨੇ ਇਸ ਕਰਕੇ ਭਗਤ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਤਾਂ ਚਰਨ ਧੂੜੀ ਗੰਗਾ ਜਮਨਾ ਗੋਦਾਵਰੀ ਵੀ ਲੋਚਦੀਆਂ ਨੇ ਰੱਬ ਦੇ ਪਿਆਰੇ ਕਿੰਨੇ ਵੱਡੇ ਨੇ ਕਿੰਨੇ ਮਹਾਨ ਨੇ ਪਈ ਗੁਰਦਾਸ ਜੀ ਨੇ ਇੱਕ ਵਚਨ ਲਿਖਿਆ ਆਪਣੀ ਰਚਨਾ ਦੇ ਅੰਦਰ ਸਾਧਗੁਰ ਆਗਿਆਕਾਰੀ ਪ੍ਰਤਪਾਲਿਕ ਬਾਲਕ ਸਿੱਖ ਚਰਨ ਕਮਲ ਰਜ ਮਹਿਮਾ ਅਪਾਰ ਹੈ ਪਈ ਗੁਰੂ ਕੀ ਆਗਿਆ ਵਿੱਚ ਚੱਲਣ ਵਾਲਾ ਗੁਰੂ ਦਾ ਸੇਵਕ ਸਿੱਖ ਜਿਹੜਾ ਹੈ ਰੱਬ ਦਾ ਪਿਆਰਾ ਜਿਹੜਾ ਹੈ ਉਹਦੇ ਚਰਨ ਕਮਲਾਂ ਦੀ ਜਿਹੜੀ ਧੂੜ ਹੈ ਨਾ ਉਹਦੀ ਮਹਿਮਾ ਬੜੀ ਅਪਰ ਅਪਾਰ ਹੈ ਸ਼ਿਵ ਸ਼ਨਕਾਦਕ ਬ੍ਰਹਮਾਵਤਕ ਨ ਗਮਤਾ ਹੈ ਨਿਗਮ ਸੇਖਾਦ ਨੇਤ ਨੇਤ ਕੇ ਉਚਾਰ ਹੈ ਕਹਿੰਦੇ ਸ਼ਿਵ ਜੀ ਬ੍ਰਹਮਾ ਦੇ ਚਾਰ ਵਿਦਵਾਨ ਪੁੱਤਰ ਸੰਤ ਸੰਤ ਕੁਮਾਰ ਸੰਨੰਦਨ ਆਦਿ ਗਿਣੇ ਗਏ ਨੇ ਸੰਕਾਦਕ ਆਦਿਕ ਕਹਿੰਦੇ ਉਹ ਜਿਹੜੇ ਇਹ ਵਿਦਵਾਨ ਨੇ ਉਹ ਵੀ ਰੱਬੀ ਪਿਆਰਿਆਂ ਦੀ ਚਰਨ ਤੂੜੀ ਨੂੰ ਮੰਗਦੇ ਨੇ ਇੱਥੋਂ ਤੱਕ ਵੇਦ ਜਿਹੜੇ ਨੇ ਨੇਤ-ਨੇਤ ਕਰਕੇ ਉਚਾਰਦੇ ਨੇ ਇੱਥੇ ਹੀ ਬਸ ਨਹੀਂ ਐ ਇਹ ਤਿੰਨ ਕਾਲ ਤੇ ਗੁਣ ਜਿਹੜੇ ਨੇ ਇਹ ਚਾਰ ਨਦੀਆਂ ਜਿਹੜੀਆਂ ਪਵਿੱਤਰ ਨਦੀਆਂ ਨੇ ਇਹ ਵੀ ਲੋਚ ਦੀਆਂ ਨੇ ਗੱਲ ਕੀ ਹੈ ਕਿ ਰੋਜ ਜੋਗ ਭੋਗ ਸੁਰਸਰ ਸਰਦਾ ਸੰਸਾਰ ਹੈ ਚਤੁਰ ਪਦਾਰਥ ਤ੍ਰੈਕਾਲ ਤ੍ਰੈਕਾਲ ਤ੍ਰੈ ਪੰਨ ਚਾਹੀਏ ਜੋਗ ਭੋਗ ਸੁਰਸਰ ਸਰਦਾ ਸੰਸਾਰ ਹੈ ਲੋਕਾਂ ਨੇ ਚਾਰ ਪਦਾਰਥ ਗਿਣੇ ਨੇ ਧਰਮ ਅਰਥ ਕਾਮ ਮੋਖ ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਚਾਰ ਪਦਾਰਥਾਂ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਨੂੰ ਲੋਚਦੇ ਰਹਿੰਦੇ ਨੇ ਤ੍ਰੈਕਾਲ ਤਿੰਨਾ ਕਾਲਾਂ ਦੇ ਭੂਤ ਭਵਿੱਖ ਵਰਤਮਾਨ ਕਾਲ ਦੇ ਲੋਕ ਇੰਨਾ ਭਵਨਾਂ ਦੇ ਪਤਾਲ ਅਗਾਸ ਦੇ ਲੋਕ ਚਾਹੁੰਦੇ ਨੇ ਜੋਗ ਭੋਗ ਜੋਗੀ ਲੋਕ ਗ੍ਰਿਸ਼ਟੀ ਲੋਕ ਬੜੀ ਸਰਦਾ ਰੱਖਦੇ ਨੇ ਰੱਬੀ ਪਿਆਰਿਆਂ ਦੀ ਚਰਨ ਧੂੜੀ ਦੀ ਪ੍ਰਤੀ ਪੂਜਨ ਕੇ ਪੂਜ ਅਰਪਾਮਨ ਪਵਿੱਤਰ ਕਰੇ ਪੂਜਨੀਕ ਲੋਕਾਂ ਨੂੰ ਰੱਬੀ ਪਿਆਰਿਆਂ ਦੀ ਸੰਗਤ ਮਿਲ ਜਾਏ ਉਹ ਹੋਰ ਪੂਜਨੀਕ ਹੋ ਜਾਂਦੇ ਨੇ ਪਵਿੱਤਰ ਲੋਕਾਂ ਨੂੰ ਰੱਬੀ ਪਿਆਰਿਆਂ ਦੀ ਸੰਗਤ ਮਿਲ ਜਾਏ ਹੋਰ ਪਵਿੱਤਰ ਹੋ ਜਾਂਦੇ ਨੇ ਕਹਿਣ ਲੱਗੇ ਕਿ ਨਮੋ ਨਮੋ ਨੇਤ 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 ਨਮਸਕਾਰ ਹੈ ਰੱਬ ਦੇ ਪਿਆਰਿਆਂ ਨੂੰ ਤੇ ਵਾਰਿੰਗ ਵਾਰ ਨਮਸਕਾਰ ਹੈ ਭਾਈ ਉਹ ਇਨੇ ਮਹਾਨ ਹੁੰਦੇ ਨੇ ਤੇ ਗੁਰਬਾਣੀ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਰੱਬ ਦੇ ਪਿਆਰਿਆਂ ਦੀ ਵਿਧਾਈ ਕਰਕੇ ਸਾਨੂੰ ਉਹਨਾਂ ਦੀ ਸੰਗਤ ਵਿੱਚ ਬੈਠਣ ਦੀ ਗੱਲ ਕਹੀ ਹੈ ਬਾਬਾ ਨਾਮਦੇਵ ਸਾਹਿਬ ਜੀ ਅੱਜ ਦੇ ਮੁਖਵਾਕ ਦੇ ਰਾਹੀਂ ਰੱਬ ਤੇ ਰੱਬ ਦੇ ਪਿਆਰਿਆਂ ਦਾ ਜੋ ਰਿਸ਼ਤਾ ਹੈ ਉਹਦੀ ਚਰਚਾ ਕਰਦਿਆਂ ਰੱਬ ਦੇ ਪਿਆਰਿਆਂ ਦੇ ਦਰਸ਼ਨ ਦੀਦਾਰ ਤੇ ਸੰਗਤ ਦੀ ਜੋ ਵਿਧਾਈ ਕਰਕੇ ਰੱਬ ਦੇ ਮੂੰਹ ਤੋਂ ਇਹ ਗੱਲ ਆ ਕੋ ਹੁੰਦੇ ਨੇ ਕਿ ਰੱਬ ਇਹ ਗੱਲ ਕਹਿੰਦਾ ਕਿ ਜੋ ਮੈਂ ਕਿਸੇ ਨੂੰ ਮੋਹ ਦੇ ਬੰਧਨਾਂ 'ਚ ਬੰਨ੍ਹਿਆ ਹੈ ਨਾ ਭਗਤ ਤੇ ਵਾਹਿਗੁਰੂ ਪ੍ਰਭੂ ਦਾ ਸਿਮਰਨ ਕਰਕੇ ਬੰਧਨਾਂ ਤੋਂ ਮੁਕਤ ਹੋਗੇ ਪਰ ਜਿਹੜਾ ਮੈਨੂੰ ਉਹ ਪਿਆਰ ਦੇ ਬੰਧਨਾਂ 'ਚ ਬੰਨ੍ਹ ਲੈਂਦੇ ਨੇ ਮੈਂ ਉਹ ਪਿਆਰ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ ਜਿਹੜਾ ਬੰਦਾ ਇਸ ਗੱਲ ਨੂੰ ਸਮਝ ਲੈਂਦਾ ਹੈ ਨਾਮ ਦੇ ਜਾ ਕੇ ਜੀ ਐਸੀ ਤੈਸੋ ਤਾਂ ਕਿ ਪ੍ਰੇਮ ਪ੍ਰਗਾਸ ਭਗਤ ਸਾਹਿਬ ਜੀ ਕਹਿੰਦੇ ਕਿ ਜਿਸ ਮਨੁੱਖ ਦੇ ਅੰਦਰ ਇਹੋ ਜੀ ਭਾਵਨਾ ਬਣ ਜੇ ਰੱਬੀ ਪਿਆਰਿਆਂ ਦੀ ਸੰਗਤ ਦੇ ਪ੍ਰਤੀ ਰੱਬ ਦੇ ਨਾਮ ਦੇ ਪ੍ਰਤੀ ਉਸ ਮਨੁੱਖ ਦੇ ਅੰਦਰ ਵੀ ਪਰਮਾਤਮਾ ਦਾ ਪ੍ਰੇਮ ਪ੍ਰਗਟ ਹੋ ਜਾਂਦਾ ਹੈ ਪਰਮਾਤਮਾ ਪਿਆਰ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ ਤੇ ਉਹ ਪਿਆਰ ਪ੍ਰਾਪਤ ਕਰਨ ਦੇ ਲਈ ਰੱਬੀ ਪਿਆਰਿਆਂ ਦੀ ਸੰਗਤ ਦੀ ਲੋੜ ਹੈ ਭਗਤ ਰਵਿਦਾਸ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਕਿ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਸਾਧ ਸੰਗਤ ਤੋਂ ਬਿਨਾ ਮਨੁੱਖ ਦੇ ਅੰਦਰ ਪਿਆਰ ਨਹੀਂ ਪੈਦਾ ਹੋ ਸਕਦਾ ਪਿਆਰ ਤੋਂ ਬਿਨਾ ਰੱਬ ਦੀ ਬੰਦਗੀ ਨਹੀਂ ਹੋ ਸਕਦੀ ਪਿਆਰ ਤੋਂ ਬਿਨਾ ਰੱਬ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਅਸੀਂ ਰੱਬੀ ਪਿਆਰਿਆਂ ਦੀ ਸੰਗਤ ਕਰਾਂਗੇ ਦਰਸ਼ਨ ਦੀਦਾਰ ਕਰਾਂਗੇ ਉਹਨਾਂ ਦੇ ਬਚਨ ਸੁਣਾਂਗੇ ਸੁਰਤ ਵਿੱਚ ਉਹਨਾਂ ਦੇ ਬਚਨਾਂ ਨੂੰ ਵਸਾ ਲਵਾਂਗੇ ਅਸੀਂ ਮੀ ਮੋਹ ਮਾਇਆ ਦੇ ਬੰਧਨ ਤੋਂ ਮੁਕਤ ਹੋ ਜਾਵਾਂਗੇ ਜੇਤੇ ਭਗਤ ਸਾਹਿਬ ਜੀ ਦਾ ਇਹ ਪਵਿੱਤਰ ਮੁਖਵਾਕ ਆਪ ਜੀ ਨੇ ਸਰਵਣ ਕੀਤਾ ਹੈ ਅੱਜ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਸਭਾਇਮਾਨ ਹੋਣ ਦਾ ਪਵਨ ਪ੍ਰਕਾਸ਼ ਦਿਹਾੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਦਿੱਲੀ ਨੂੰ ਚੱਲ ਪਏ ਸਤਗੁਰੂ ਜੀ ਦੇ ਨਾਲ ਪਿਆਰੇ ਸਿੱਖ ਸੰਤ ਪਈਮਤੀ ਦਾਸ ਜੀ ਸਤੀ ਦਾਸ ਜੀ ਪਈਦਿਆਲਾ ਜੀ ਦਿੱਲੀ ਵਿੱਚ ਪਹੁੰਚ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਸਾਰੇ ਹਾਲਾਤ ਨੂੰ ਦੇਖਦਿਆਂ ਕਿ ਹੁਣ ਸ਼ਹਾਦਤ ਹੋਏਗੀ ਕੁਝ ਰ ਪਹਿਲਾਂ ਗੁਰਤਾ ਗੱਦੀ ਦੀ ਜੋ ਵਡਿਆਈ ਸੀ ਆਨੰਦਪੁਰ ਸਾਹਿਬ ਸਾਹਿਬ ਗੋਬਿੰਦ ਰਾਏ ਜੀ ਦੀ ਪਾਸਪੇ ਦਿੱਤੀ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਨ ਕਲਗੀ ਤਰ ਦਸ਼ਮੇਸ਼ ਪਿਤਾ ਜਿਨ੍ਹਾਂ ਦਾ ਪਾਵਨ ਪ੍ਰਕਾਸ਼ 1660 ਈਸਵੀ ਨੂੰ ਦਸੰਬਰ ਦੇ ਮਹੀਨੇ ਉਹ ਸੁਦੀ ਸਤਵੀ ਨੂੰ ਪਟਨੇ ਦੀ ertidi ਤੇ ਹੋਇਆ ਸੀ ਔਰ ਜਿਨ੍ਹਾਂ ਦਾ ਜੀਵਨ ਜਿਹੜਾ ਹੈ ਨਾ ਇੱਕ ਨਦੀ ਦੀ ਨਹੀਂ ਆਈ ਹੈ ਜਿਵੇਂ ਨਦੀ ਪਹਾੜ ਚੋਂ ਨਿਕਲਦੀ ਹੈ ਪਹਾੜ ਦੇ ਵਿੱਚ ਵਲ ਫੇਰ ਪਾਉਂਦੀ ਹੋਈ ਇੱਧਰ ਉੱਧਰ ਜਾਂਦੀ ਮੈਦਾਨੀ ਇਲਾਕੇ ਚ ਘੁੰਮਦੀ ਆਖਰ ਸਮੁੰਦਰ ਚ ਡਿੱਗ ਜਾਂਦੀ ਹੈ ਤਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਰਉਪਕਾਰੀ ਜੀਵਨ ਹੈ ਪਟਨਾ ਸਾਹਿਬ ਦੀ ertidi ਤੇ ਆਪ ਜੀ ਪ੍ਰਗਟ ਹੋਏ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਆ ਕੇ ਆਪ ਜੀ ਨੇ ਸਿੱਖਿਆ ਦੇਖਿਆ ਵਿਦਿਆ ਪ੍ਰਾਪਤ ਕੀਤੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਗੁਰੂ ਜੀ ਇੱਥੇ ਕਿੰਨਾ ਚੜ੍ਹੇ ਇੱਥੇ ਪੰਥ ਖਾਲਸੇ ਦਾ ਪ੍ਰਗਾਸ ਕੀਤਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਗੁਰੂ ਜੀ ਨੇ ਬੇਅੰਤ ਚੋਜ ਕੀਤੇ ਮਹਾਂਪੁਰ ਸਾਹਿਬ ਦੀ ਧਰਤੀ ਤੇ ਸਤਗੁਰੂ ਜੀ ਜਾਂਦੇ ਨੇ ਉੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਵਿਦਵਾਨਾਂ ਦਾ ਇਕੱਠ ਕਰਦੇ ਕਵੀ ਦਰਬਾਰਾਂ ਦੀ ਪਰੰਪਰਾ ਸ਼ੁਰੂ ਕਰਦੇ ਬੇਅੰਤ ਬਾਣੀ ਉਚਾਰਨ ਕਰਦੇ ਨੇ ਉੱਥੇ 사ਤਗੁਰੂ ਜੀ ਫਿਰ ਅਨੰਦਪੁਰ ਸਾਹਿਬ ਆ ਕੇ ਪੰਜਾਬ ਦੀ ਧਰਤੀ 'ਚ ਵਿਚਰਦੇ ਹੋਏ ਹੁਣ ਜੋ ਹਰਿਆਣਾ ਬਣ ਗਿਆ ਹੈ ਦਿੱਲੀ ਰਾਜਸਥਾਨ ਹੁੰਦੇ ਹੋਏ 사ਤਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਦੇ ਇਸ ਬਚਿੱਤਰ ਨਾਟਕ ਨੂੰ ਗੋਦਾਵਰੀ ਨਦੀ ਦੇ ਕੰਢੇ ਤੇ ਨਦੇੜ ਸਾਹਿਬ ਜੀ ਵਿਖੇ ਜਾ ਕੇ ਸੰਪੂਰਨ ਕਰਦੇ ਨੇ ਗੁਰੂ ਖਲਗੀ ਸਰਪਾਤਸਾ ਜੀ ਉਹ ਮਹਾਨ ਹਸਤੀ ਨੇ ਕਿਉਂਕਿ ਜਦੋਂ ਮਹਾਨ ਲੋਗਾਂ ਦੀ ਗੱਲ ਕਰਨੀ ਹੁੰਦੀ ਹੈ ਅਸੀਂ ਕਹਿੰਦੇ ਉਹਨਾਂ ਦਾ ਵਿਰਸਾ ਕੀ ਹੈ ਜਾ ਉਹਨਾਂ ਦਾ ਪਛੋਕੜ ਕੀ ਹੈ ਉਹਨਾਂ ਦੀ ਸ਼ਖਸੀਅਤ ਕਿਹੋ ਜੀ ਹੈ ਕਿਸੇ ਵੀ ਸ਼ਖਸੀਅਤ ਨੂੰ ਜਾਣਨ ਲਈ ਆਪਾਂ ਦੇਖਦੇ ਕੁਝ ਲੋਕ ਉਹ ਹੁੰਦੇ ਨੇ ਜਿਨ੍ਹਾਂ ਦੇ ਬਜ਼ੁਰਗ ਬੜੇ ਮਹਾਨ ਹੁੰਦੇ ਨੇ ਉਹਨਾਂ ਨੇ ਬੜੇ ਕਾਰਨਾਮੇ ਕੀਤੇ ਹੁੰਦੇ ਨੇ ਜੇ ਕਿਸੇ ਦੇ ਬਜ਼ੁਰਗ ਬਹੁਤ ਮਹਾਨ ਨਾ ਹੋਣ ਤੇ ਕਈ ਵਾਰੀ ਮਨੁੱਖ ਆਪ ਮਹਾਨ ਕੰਮ ਕਰ ਦਿੰਦਾ ਉਸ ਕਰਕੇ ਉਹਦੀ ਮਹਾਨਤਾ ਬਣ ਜਾਂਦੀ ਹੈ ਕਈ ਵਾਰੀ ਕਿਸੇ ਦੇ ਬਜ਼ੁਰਗ ਵੀ ਮਹਾਨ ਨਾ ਹੋਣ ਆਪ ਵੀ ਮਹਾਨ ਨਾ ਹੋਣ ਇਕੋ ਨੇ ਬੱਚੇ ਕੋ ਇਹੋ ਜਿਹਾ ਕਾਰਨਾਮਾ ਜਾਂ ਇਹੋ ਜਿਹਾ ਕੰਮ ਕਰਦੇ ਨੇ ਜਿਹਦੇ ਕਰਕੇ ਉਹਨਾਂ ਦੀ ਵਿਡਿਆਈ ਬਣ ਜਾਂਦੀ ਹੈ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਮਹਾਨ ਹਸਤੀ ਨੇ ਜਿਹਨਾਂ ਦੇ ਬਜ਼ੁਰਗ ਬੜੇ ਮਹਾਨ ਜਿਹਨਾਂ ਦੇ ਪਿਤਾ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਤਿਲਕ ਜੰਜੂ ਰੱਖਾ ਪ੍ਰਵਤਾ ਕਾ ਕਿਨੋਂ ਵੱਡੋ ਕਲੂ ਮਹਿਸਾ ਕਾ ਧਰਮ ਹਿਤ ਸਾਕਾ ਜਿੰਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਲ ਭੰਜਨ ਗੁਰੂ ਸੂਰਮਾ ਵਡਜੋ ਦਾ ਬਹੁਤ ਪਰਵਕਾਰੀ ਜਿਨ੍ਹਾਂ ਮੀਰੀ ਪੀਰੀ ਦੀ ਗੱਲ ਕੀਤੀ ਸ੍ਰੀ ਖਾਲਸਾਤਕ ਸਾਹਿਬ ਜੀ ਦੀ ਸਿਰਜਣਾ ਕੀਤੀ ਜਿਨ੍ਹਾਂ ਨੇ ਉੱਤਰੀ ਭਾਰਤ ਦੇ ਇਸ ਖਿੱਤੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਇਹ ਜ਼ਾਲਮ ਹਕੂਮਤ ਸੀ ਉਸ ਵੇਲੇ ਮੁਗਲ ਸਾਮਰਾਜ ਸੀ ਉਹਦੇ ਜ਼ੁਲਮਾਂ ਦੇ ਵਿਰੁੱਧ ਹਥਿਆਰਬੰਦ ਇਨਕਲਾਬ ਸ਼ੁਰੂ ਕੀਤਾ ਇੱਕ ਫੌਜ ਇਕੱਤਰ ਕੀਤੀ ਔਰ ਇੱਕ ਵੇਰਾਂ ਨਹੀਂ ਚਾਰ ਵੇਰਾਂ ਉਸ ਹਕੂਮਤ ਨੇ ਇਸ ਲਹਿਰ ਨੂੰ ਖਤਮ ਕਰਨ ਦੇ ਲਈ ਹਮਲੇ ਕੀਤੇ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੋਚ ਜੀ ਅਗਵਾਈ ਵਿੱਚ ਪੰਜਾਬ ਦੇ ਕੁਝ ਮੁਠੀ ਪਰ ਲੋਕਾਂ ਨੇ ਉਸ ਜ਼ਾਲਮ ਹਕੂਮਤ ਦੀਆਂ ਫੌਜਾਂ ਦਾ ਮੁਕਾਬਲਾ ਕਰਕੇ ਚਾਰ ਵੇਰਾਂ ਉਹਨਾਂ ਨੂੰ ਹਰਾਇਆ ਇਹ ਇਸ ਖਿੱਤੇ ਦਾ ਇੱਕ ਮਹਾਨ ਇਤਿਹਾਸ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਦੇਣ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਵਿਰਸਾ ਹੈ ਪਛੋਕੜ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਗਾਸ ਕੀਤਾ ਜਿਨ੍ਹਾਂ ਸ੍ਰੀ ਹਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ ਜਿਨ੍ਹਾਂ ਨੇ ਮਾਨਵਤਾ ਦੀ ਆਜ਼ਾਦੀ ਦੇ ਲਈ ਤਤੀਆਂ ਤਵੀਆਂ ਤੇ ਬੈਠ ਕੇ ਆਪਣੇ ਆਪ ਦੀ ਸ਼ਹਾਦਤ ਦੇ ਦਿੱਤੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸਨ ਗੁਰੂ ਰਾਮਦਾਸ ਜੀ ਮਹਾਰਾਜ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਅਮੀਰ ਪਛੋਕੜ ਹੈ ਬੜੇ ਬਜ਼ੁਰਗ ਮਹਾਨ ਨੇ ਤੇ ਜਿੱਥੋਂ ਤੱਕ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਗੱਲ ਕਰਦੇ ਆ 41 ਸਾਲ 9 ਮਹੀਨੇ 15 ਕੁ ਦਿਨ ਸਤਿਗੁਰ ਸਚੇ ਪਾਤਸ਼ਾਹ ਜੀ ਇਸ ਧਰਤੀ ਤੇ ਸਰੀਰਕ ਰੂਪ ਵਿੱਚ ਵਿਛਰੇ ਲੇਕਿਨ 41 ਸਾਲ ਦੀ ਉਮਰ ਕੋ ਬਹੁਤ ਵੱਡੀ ਤੇ ਨਹੀਂ ਹੁੰਦੀ ਪਰ 41 ਸਾਲਾਂ ਦੀ ਉਮਰ ਵਿੱਚ ਸਤਿਗੁਰ ਸਚੇ ਪਾਤਸ਼ਾਹ ਜੀ ਨੇ ਜੋ ਕਾਰਜ ਕੀਤੇ ਜੁਗਾਂ ਵਿੱਚ ਨਹੀਂ ਕੀਤੇ ਜਾ ਸਕਦੇ ਸਤਿਗੁਰ ਸਚੇ ਪਾਤਸ਼ਾਹ ਜੀ ਜਿਹੜੇ 9 ਸਾਲ ਦੀ ਉਮਰ ਚ ਜਦੋਂ ਆਪਣੇ ਪਿਤਾ ਨੂੰ ਕਹਤਾ ਪਿਤਾ ਜੀ ਜੇ ਕਿਸੇ ਮਹਾਨ ਪੁਰਖ ਦੀ ਸ਼ਹਾਦਤ ਦੇ ਨਾਲ ਹੀ ਧਰਮ ਬਚ ਸਕਦਾ ਤੇ ਤੁਹਾਡੇ ਤੋਂ ਮਹਾਨ ਕੌਣ ਹੋ ਸਕਦਾ ਜਾਓ ਸ਼ਹਾਦਤ ਦੇ ਦਿਓ ਕੋਈ ਪੁੱਤਰ ਆਪਣੇ ਪਿਤਾ ਨੂੰ ਇਹ ਗੱਲ ਕਹਿ ਕੇ ਦੂਸਰੇ ਦੀ ਖਾਤਰ ਤੁਸੀਂ ਕੁਰਬਾਨ ਹੋ ਜਿਓ ਜਦੋਂ ਪਿਤਾ ਨੂੰ ਪੁੱਤਰ ਨੂੰ ਪਿਤਾ ਦੇ ਪਿਆਰ ਦੀ ਲੋੜ ਹੁੰਦੀ ਹੈ 9 ਸਾਲ ਦੀ ਉਮਰ ਕੋ ਵੱਡੀ ਨਹੀਂ ਹੈ 9 ਸਾਲ ਦੀ ਉਮਰ ਵਿੱਚ ਪਿਤਾ ਦੀ ਸ਼ਹਾਦਤ ਹੁੰਦੀ ਹੈ ਆਪਜੀ ਗੁਰਗੱਦੀ ਦੇ ਬੈਠਦੇ ਨੇ 9 ਸਾਲ ਦੀ ਉਮਰ ਵਿੱਚ ਉਸ ਹਕੂਮਤ ਦੇ ਜ਼ੁਲਮਾਂ ਦੇ ਵਿਰੁੱਧ ਇਨਕਲਾਬ ਸ਼ੁਰੂ ਕਰ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੋਕਾਂ ਨੂੰ ਇਕੱਤਰ ਕਰਦੇ ਸਸ਼ਤਰਤਾਰੀ ਹੋਣ ਦੀ ਪ੍ਰੇਰਣਾ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਜੀ ਰਣਜੀਤ ਨਗਾਰਾ ਬਣਾਉਂਦੇ ਨੇ ਗੁਰੂ ਕਲਗੀ ਤਰ ਪਾਤਸ਼ਾਹ ਜੀ ਪਹਾੜੀ ਰਾਜਿਆਂ ਦਾ ਇੱਕ ਇਕੱਠ ਸੱਦੇ ਨੇ ਜਿਹਦੇ ਵਿੱਚ ਆਪਣੇ ਮੁਲਖ ਦੀ ਆਜ਼ਾਦੀ ਦੀ ਗੱਲ ਕਰਦੇ ਨੇ ਇਹ ਗੱਲ ਵੱਖਰੀ ਕਿ ਪਹਾੜੀ ਰਾਜੇ ਸਤਿਗੁਰੂ ਜੀ ਦਾ ਸਾਥ ਨਹੀਂ ਦਿੰਦੇ ਸਗੋਂ ਸਤਿਗੁਰੂ ਜੀ ਦੇ ਵਿਰੋਧੀ ਹੋ ਜਾਂਦੇ ਨੇ ਕਲਗੀ ਤਰਪਾਤਸਾ ਜੀ ਪੰਥ ਖਾਲਸੇ ਦੀ ਸਿਰਜਣਾ ਕਰਦੇ ਨੇ ਆਪਣੀ ਜ਼ਿੰਦਗੀ ਚ ਇੱਕ ਨਹੀਂ 14 ਵੇਰਾਂ ਸਤਿਗੁਰੂ ਜੀ ਤੇ ਹਮਲਾ ਹੋਇਆ 14 ਜੰਗਾਂ ਸਤਿਗੁਰੂ ਜੀ ਦੇ ਨਾਲ ਹਕੂਮਤ ਨੇ ਕੀਤੀਆਂ ਜਿਨ੍ਹਾਂ ਚੋਂ ਬਹੁਤੀਆਂ ਜੰਗਾਂ ਤਾਂ ਪਹਾੜੀ ਰਾਜਿਆਂ ਦੀਆਂ Hindu ਰਾਜਿਆਂ ਦੀਆਂ ਹੀ ਸਨ ਜਿਨ੍ਹਾਂ ਨੇ ਸਤਿਗੁਰੂ ਜੀ ਤੇ ਹਮਲਾ ਕੀਤਾ 14 ਜੰਗਾਂ ਵਿੱਚ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਇੱਜ਼ਤ ਪ੍ਰਾਪਤ ਕੀਤੀ ਕਿਸੇ ਜੰਗ ਵਿੱਚ ਕਲਗੀ ਤਰਪਾਤਸਾ ਜੀ ਹਾਰੇ ਨਹੀਂ ਜੇ ਸਤਿਗੁਰੂ ਜੀ ਨੇ ਤਲਵਾਰ ਚੁੱਕੀ ਹੈ ਮੈਦਾਨੀ ਜੰਗ ਵਿੱਚ ਸਤਗੁਰੂ ਜੀ ਤੇਗ ਦੇਤਨੀ ਇੱਕ ਨਹੀਂ ਅਨੇਕ ਤਰ੍ਹਾਂ ਦੇ ਸ਼ਸਤਰ ਚਲਾਉਣ ਦੇ ਵਿੱਚ ਸਤਗੁਰੂ ਜੀ ਮਾਹਿਰ ਜਦੋਂ ਸਤਗੁਰੂ ਜੀ ਤੀਰ ਚਲਾਉਂਦੇ ਨੇ ਸਤਗੁਰੂ ਜੀ ਦਾ ਤੀਰ 10 10 15 15 ਸਰੀਰਾਂ ਦੇ ਵਿੱਚ ਦੀ ਐਵੇਂ ਨਿਕਲ ਜਾਂਦਾ ਜਿਵੇਂ ਸੱਪ ਵਰਮੀ ਦੇ ਵਿੱਚ ਵੜ ਜਾਂਦਾ ਹੈ ਟਹਿ ਢੇਰੀ ਕਰੀ ਜਾਂਦਾ ਹੈ ਸਤਗੁਰੂ ਜੀ ਸ਼ਸਤਰ ਵਿਦਿਆ ਵਿੱਚ ਪ੍ਰਭੀਨ ਘੋੜ ਸਵਾਰੀ ਵਿੱਚ ਪ੍ਰਭੀਨ ਗੁਰੂ ਕਲਗੀਧਰ ਪਾਤਸ਼ਾਹ ਜੀ ਜੇ ਕਲਮ ਚੁੱਕਦੇ ਨੇ ਬੇਅੰਤ ਬਾਣੀ ਸਤਗੁਰੂ ਜੀ ਰਚ ਦਿੰਦੇ ਨੇ ਵਿਦਵੰਨਾਂ ਦਾ ਸਤਿਕਾਰ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਦੇ ਸਨ ਕਿ ਲੋਕਾਂ ਦੀ ਸੋਚ ਨੂੰ ਬਦਲਣ ਦੀ ਲੋੜ ਹੈ ਮਨੁੱਖ ਦੇ ਅੰਦਰ ਬਹੁਤ ਵੱਡੀ ਤਾਕਤ ਹੈ ਇਹ ਮਨੁੱਖ ਦੇ ਵਿੱਚ ਇੰਨੀ ਤਾਕਤ ਹੈ ਰੱਬ ਤੋਂ ਬਾਅਦ ਅਗਰ ਪਰਮਾਤਮਾ ਤੇ ਮਨੁੱਖ ਹੈ ਪਰ ਮਨੁੱਖ ਜਦੋਂ ਆਪਣੇ ਆਪ ਨੂੰ ਮਨੁੱਖ ਨਹੀਂ ਸਮਝਦਾ ਜਦੋਂ ਗੁਲਾਮ ਬਣ ਜਾਂਦਾ ਅਸੀਂ ਦੇਖਦੇ ਸ਼ੇਰ ਕਿੰਨਾ ਤਗੜਾ ਹੁੰਦਾ ਹੈ ਸ਼ੇਰ ਨੂੰ ਪਿੰਜਰੇ ਚ ਪਾ ਲੋ ਤੇ ਉਹ ਵਿਚਾਰਾ ਬਲੂੰਗੜਾ ਜਿਹਾ ਹੀ ਬਣ ਕੇ ਰਹਿ ਜਾਂਦਾ ਹੈ ਮਨੁੱਖਤਾ ਨੂੰ ਵੀ ਮਨੁੱਖ ਨੂੰ ਵੀ ਦਰਸਲ ਕੁਝ ਅਖੌਤੀ ਧਾਰਮਿਕ ਲੋਕਾਂ ਨੇ ਕੁਝ ਪਾਲੇਟਿਸਨਾ ਨੇ ਇਹਨੂੰ ਸ਼ੇਰ ਦਾ ਪਿੰਜਰਾ ਬਣਾਇਆ ਹੋਇਆ ਪਿੰਜਰੇ ਦਾ ਸ਼ੇਰ ਬਣਾਇਆ ਹੋਇਆ ਇਹ ਮਨੁੱਖ ਨਿਮਾਣਾ ਜਿਹਾ ਬਣ ਕੇ ਦੁਖੀ ਹੋ ਕੇ ਵਿਚਰਦਾ ਡਰੀ ਚੱਲਿਆ ਜਾ ਰਿਹਾ ਹੈ ਕਿਉਂਕਿ ਇਹਨੂੰ ਆਪਣੀ ਮਹਾਨਤਾ ਦਾ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਬਦਲਦੇ ਸਮਝਦੇ ਸਨ ਕਿ ਇਹਨਾਂ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ ਕਲਮ ਦੇ ਨਾਲ ਗੁਰਮਤੰਦਰ ਕਿਰਪਾਨ ਦੀ ਗੱਲ ਬਾਅਦ ਵਿੱਚ ਪਹਿਲਾਂ ਕਲਮ ਦੀ ਗੱਲ ਹੈ ਅੱਜ ਸਾਡਾ ਦੁਖਾਂਤ ਇਹ ਹੈ ਕਿ ਅਸੀਂ ਜਦੋਂ ਕਿਤੇ ਤੁਰਦੇ ਫਿਰਦੇ ਨਾ ਐਵੇਂ ਲੋਕਾਂ ਨੂੰ ਮਾਰ ਕੁੱਟ ਕੇ ਕਹਿੰਦੇ ਅਸੀਂ ਸਿੰਘ ਹੁੰਦੇ ਆ ਅਸੀਂ ਮਾਰਨ ਕੁੱਟਣ ਨੂੰ ਹੀ ਸਿੰਘ ਸਮਝਦੇ ਆ ਲੜਨ ਭੇਨ ਨੂੰ ਹੀ ਸਿੰਘ ਸਮਝਦੇ ਆ ਲੜਾਈਆਂ ਕਰਨੇ ਹੀ ਸਿੰਘ ਦਾ ਕੰਮ ਸਮਝਦੇ ਆ ਨਹੀਂ ਸਾਨੂੰ ਸਤਿਗੁਰੂ ਜੀ ਨੇ ਪਹਿਲਾਂ ਕਲਮ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਨੇ ਕਲਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ ਜੇ ਸਮਾਜ ਬਦਲਿਆ ਤੇ ਗੁਰਬਾਣੀ ਨਾਲ ਬਦਲਿਆ ਕਲਮ ਨਾਲ ਬਦਲਿਆ ਤਲਵਾਰ ਨਾਲ ਨਹੀਂ ਹਾਂ ਜਦੋਂ ਤਲਵਾਰ ਜ਼ੁਲਮ ਦੀ ਹੱਦ ਲੰਘ ਜਾਏ ਫਿਰ ਤਲਵਾਰ ਦੀ ਵੀ ਲੋੜ ਹੈ ਜਾਇਦਾ ਲੇਕਿਨ ਉਦੋਂ ਪਹਿਲਾਂ ਕਲਮ ਹੈ ਸਤਿਗੁਰੂ ਜੀ ਨੇ ਕਲਮਾਂ ਵਾਲੇ ਇਕੱਤਰ ਕੀਤੇ ਕਵੀ ਦਰਬਾਰ ਵਿਦਵਾਨਾਂ ਨੂੰ ਇਕੱਤਰ ਕਰਕੇ ਹਿੰਦੁਸਤਾਨ ਦਾ ਜਿੰਨਾ ਬੀਰਤਾ ਦਾ ਸਾਹਿਤ ਸੀ ਭਾਵੇਂ ਮਹਾਭਾਰਤ ਸੀ ਭਾਵੇਂ ਰਮਾਇਣ ਸੀ ਜਿੰਨੀਆਂ ਵੀ ਬੀਰਤਾ ਦੀਆਂ ਗੱਲਾਂ ਸਨ ਉਹਦਾ ਉਲੱਥਾ ਸਤਿਗੁਰੂ ਜੀ ਨੇ ਪੰਜਾਬੀ ਚ ਕਰਾਇਆ ਕਵੀਆਂ ਦੇ ਕੋਲੋਂ ਉਹਦਾ ਉਲੱਥਾ ਪੰਜਾਬੀ ਚ ਕਰਾਇਆ ਉਹਦਾ ਮਕਸਦ ਇਹ ਸੀ ਕਿ ਦੁਨੀਆ ਬੀਰ ਰਸ ਵਾਲਾ ਸਾਹਿਤ ਪੜਨ ਤੇ ਇਹ ਲੋਕਾਂ ਦੇ ਅੰਦਰ ਵੀ ਬੀਰ ਰਸ ਪੈਦਾ ਹੋਏ ਸਵੈਮਾਨ ਪੈਦਾ ਹੋਏ ਜਿਵੇਂ ਦੁਰਗਾ ਦੀ ਵਾਰ ਚੰਡੀ ਦੀ ਵਾਰ ਹੈ ਸਤਗੁਰੂ ਜੀ ਕੋ ਦੁਰਗਾ ਦੇ ਪੁਜਾਰੀ ਨਹੀਂ ਹੈ ਕੋਈ ਵਾਸਤਾ ਨਹੀਂ ਸਤਗੁਰੂ ਜੀ ਦਾ ਦੁਰਗਾ ਦੇ ਨਾਲ ਲੇਕਿਨ ਉਹ ਵਾਰ ਲਿਖਣ ਦਾ ਮਕਸਦ ਕੀ ਹੈ ਲੋਕੀ ਉਸ ਵਾਰ ਨੂੰ ਪੜਨ ਪਹਿਲੀ ਗੱਲ ਉਹ ਨਿਸ਼ਾਨੀ ਛੰਦ ਹੈ ਬੜਾ ਜੋਸ਼ੀਲਾ ਛੰਦ ਹੈ ਪੜਦੇ ਜੋਸ਼ ਆ ਜਾਂਦਾ ਦੂਜੀ ਗੱਲ ਇਹ ਹੈ ਕਿ ਉਸ ਵਾਰ ਨੂੰ ਪੜ ਕੇ ਦੁਨੀਆਂ ਨੂੰ ਪਤਾ ਲੱਗੇ ਕਿ ਇੱਕ ਇਸਤਰੀ ਦੁਰਗਾ ਇਸਤਰੀ ਜਿਹੜੀ ਹੈ ਜਿਹੋ ਤਲਵਾਰ ਫੜਦੀ ਹੈ ਵੱਡੇ ਵੱਡੇ ਦੈਨਤਾ ਨੂੰ ਪਛਾੜ ਦਿੰਦੀ ਤੇ ਬੰਦਾ ਤਲਵਾਰ ਫੜ ਲੇ ਤੇ ਕੀ ਨਹੀਂ ਕਰ ਸਕਦਾ ਮਕਸਦ ਇਹ ਪੈਗਾਮ ਦੇਣ ਦਾ ਕਿ ਇਹ ਮਨੁੱਖ ਜਿਹੜਾ ਨਿਰਾਸ਼ ਹੋ ਚੁੱਕਾ ਹੈ ਇਹਦੇ ਅੰਦਰ ਬੀਰਤਾ ਇਹਦੇ ਅੰਦਰ ਅਣਖ ਤੇ ਸਵੈਮਾਨ ਪੈਦਾ ਹੋਵੇ ਸਤਗੁਰੂ ਜੀ ਨੇ ਆਪ ਬੇਅੰਤ ਰਚਨਾ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜੇ ਗੁਰਮਤਿ ਪ੍ਰਚਾਰ ਦੀ ਗੱਲ ਕੀਤੀ ਹੈ ਬੇਅੰਤ ਸਤਗੁਰੂ ਜੀ ਨੇ ਪ੍ਰਚਾਰ ਕੀਤਾ ਕਿਸੇ ਵੀ ਪੱਖ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਨੂੰ ਦੇਖ ਲਓ ਜਿਵੇਂ ਸ਼ਹਿਦ ਦੀ ਮੱਖੀ ਦੇ ਛੱਤੇ 'ਚ ਇੱਕ ਇੱਕ ਛੇਕ ਵਿੱਚ ਸ਼ਹਿਦ ਮਿਠਾਸ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜ਼ਿੰਦਗੀ ਪਟਨਾ ਸਾਹਿਬ ਜੀ ਦੀ ਧਰਤੀ ਉਤਾਰਮੋ ਕੇ ਆਨੰਦਪੁਰ ਸਾਹਿਬ ਪਟਨਾ ਸਾਹਿਬ ਸਮੁੱਚਾ ਪੰਜਾਬ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਹੁੰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਹਜ਼ੂਰ ਸਾਹਿਬ ਜੀ ਵਿੱਚ ਆਪਣੀ ਇਸ ਜੀਵਨ ਦੀ ਲੀਲਾ ਨੂੰ ਸਮਾਪਤ ਕਰਦੇ ਆ ਸਮੁੱਚੀ ਗੁਰਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਸਤਗੁਰੂ ਜੀ ਪਰਮਾਤਮਾ ਚ ਲਿਵਲਿਨ ਕਰ ਲੈਂਦੇ ਨੇ ਉਹ ਮਹਾਨ ਇਨਕਲਾਬੀ ਜੋਧੇ ਜਿਨ੍ਹਾਂ ਦੀ ਕੀਰਤੀ ਕਰਦੇ ਆ ਭਾਈ ਗੁਰਦਾਸ ਸਾਹਿਬ ਜੀ ਕਿੰਨੇ ਵੈ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਅੱਪੇ ਗੁਰ ਚੇਲਾ ਉਸ ਮਹਾਨ ਸਤਗੁਰ ਜੀ ਦਾ ਅਜਗੁਰਤਾ ਗੱਦੀ ਤੇ ਬਰਾਜਣ ਦਾ ਦਿਹਾੜਾ ਹੈ ਜੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੁੱਲ ਚੁੱਕ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਸਾਰਿਆਂ ਨੂੰ ਦਰਮ ਕਰੋ ਨਾਮਦਾਨ ਸਿੱਖੀ ਸਿਰਕ ਪ੍ਰੋਸਾ ਬਖਸ਼ ਕੇ ਕਰਤਾਰ ਕਨ ਜੀ ਪਿਆਰ ਸਹਿਤ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ